ਸਤਨਾਮ ਸ਼੍ਰੀ ਵਾਹਿਗੁਰੂ ਜੀ। ਅਧਿਆਇ 21 ਬਰਾਤ ਦੀ ਸੁਲਤਾਨਪੁਰੋਂ ਤਿਆਰੀ। ਸੁੰਦਰ ਬਦਨ ਨਕੰਦਨ ਦੁੱਖ ਸਦਨ ਸੁਖਨ ਗੁਣਪੂਰ। ਸ਼੍ਰੀ ਸਤਿਗੁਰੂ ਹਰਿ ਕ੍ਰਿਸ਼ਨ ਜੀ ਜੈ ਜੈ ਮੰਗਲ ਮੂਰ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦਾ ਸੁੰਦਰ ਮੁਖਾਰਵਿੰਦ ਹੈ, ਦੁੱਖਾਂ ਨੂੰ ਨਕੰਦਨ ਕੱਟਣ ਵਾਲੇ ਹਨ, ਸੁੱਖਾਂ ਦਾ ਸਦਨ ਘਰ ਆ। ਭੂਰ ਗੁਣ ਗੁਣਾਂ ਕਰਕੇ ਪੂਰੀ ਤਰ੍ਹਾਂ ਪਰਿਪੂਰਨ ਹਨ ਸ਼੍ਰੀ ਸਤਿਗੁਰੂ ਹਰਿਕ੍ਰਿਸ਼ਨ ਜੀ। ਸ਼੍ਰੀ ਸਤਿਗੁਰੂ ਸ਼੍ਰੋਮਣੀ ਹਰਿਕ੍ਰਿਸ਼ਨ ਜੀ ਜੈ ਜੈ ਮੰਗਲ ਮੂਲ। ਉਹ ਜੋ ਸਾਰਿਆਂ ਦਾ ਮੂਲ ਸਰੂਪ ਆ, ਉਹਨਾਂ ਦੀ ਜੈ ਹੋਵੇ। ਸੁਵੇਜਾ ਸ਼੍ਰੀ ਬਾਲਾ ਸੁੰਦਰ ਵਾਚ, ਐਸੇ ਹੀ ਕਲ ਬਤੀਤ ਕਰਾ ਇੱਕ ਸਾਲ ਪਿਓ ਪਛਾਤ ਸਗਾਈ। ਇਸ ਤਰ੍ਹਾਂ ਸਮਾਂ ਬਤੀਤ ਕੀਤਾ ਅਤੇ ਕੜਮਾਈ ਹੋਣ ਤੋਂ ਇੱਕ ਸਾਲ ਬੀਤ ਗਿਆ। ਮੂਲੇ ਨੇ ਲੀਨ ਬੁਲਾਏ ਦੇ ਜੋਤਮ ਸਾਦਰ ਆਸਨ ਦੀ ਓਰ ਦਰਸਾਈ। ਬਾਬਾ ਮੂਲ ਚੰਦ ਜੀ ਨੇ ਬ੍ਰਾਹਮਣਾਂ 'ਚੋਂ ਉੱਤਮ ਬ੍ਰਾਹਮਣ ਇਹਦਾ ਸ਼ਾਮਾ ਸੀ ਪੁਰੋਹਿਤ, ਬੜੇ ਸਤਿਕਾਰ ਨਾਲ ਆਸਣ ਡਾ ਦਿੱਤਾ ਅਤੇ ਉਹਨੂੰ ਬੁਲਾ ਲਿਆ। ਰਾਸ ਪੈਸਾ ਸੁਧਾਇਕ ਹੈ, ਸੁਧ ਲਿਖੀ ਪਤੀਆ ਤਤਕਾਲ ਪਠਾਈ। ਉਸ ਨੇ ਫਿਰ ਰਾਸ ਪੈ ਸਾਹਾ ਸੁਧਾਇਕ ਹੈ, ਉਸਨੇ ਫਿਰ ਸਾਹਾ ਸੁਧਾ ਕੇ ਜਿਹੜੀ ਸਾਹੇ ਦੀ ਚਿੱਠੀ ਸੀ ਨਾ ਲਿਖੀ ਪਤੀਆ ਤਤਕਾਲ ਪਠਾਈ, ਚਿੱਠੀ ਲਿਖ ਕੇ ਛੇਤੀ ਭੇਜ ਦਿੱਤੀ। ਮਾਸ ਅਸਾੜ ਸੂਦੀ ਸਪਤ ਹੈ, ਸੁਲਤਾਨਪੁਰ ਹੈ ਨਰ ਕੀਨ ਹੈ ਤਾਈ। ਫਿਰ ਉਹ ਜਿਹੜੀ ਚਿੱਠੀ ਸੀ ਇੱਕ ਆਦਮੀ ਨੂੰ, ਪੁਰਸ਼ ਨੂੰ ਦੇ ਕੇ ਛੇਤੀ ਭੇਜਿਆ। ਹਾੜ ਮਹੀਨੇ ਦੀ ਜਿਹੜੀ ਸੁਦੀ ਸਪਤਮੀ, ਇਸ ਦਿਨ ਦਾ ਸਾਹਸ ਉਹਦਿਆ ਇੱਕ ਪੁਰਸ਼ ਨੂੰ ਸੁਲਤਾਨਪੁਰ ਭੇਜਤਾ ਹੈ। ਸੁਲਤਾਨਪੁਰ ਨਰ ਕੀ ਨੀ ਤਾਈ, ਸੁਲਤਾਨਪੁਰ ਨੂੰ ਪੁਰਸ਼ ਨੇ ਤਾਈ ਮੈਨੇ ਜਾਣਾ ਕੀਤਾ। ਆਣ ਕੇ ਨਾਨਕੀ ਭੌਣ ਦੀ ਸੁਣ ਕੇ ਮਨਮਾਹੇ ਖੀਰੀ ਸੁਖਵਾਰੀ। ਉਸ ਪੁਰਸ਼ ਨੇ ਸਾਹੇ ਦੀ ਚਿੱਠੀ ਤੰਦਰ ਬੇਬੇ ਨਾਨਕੀ ਜੀ ਦੇ ਭੌਣ ਘਰ ਆ ਕੇ ਦਿੱਤੀ ਅਤੇ ਸਾਹੇ ਦੀ ਚਿੱਠੀ ਬਾਰੇ ਸੁਣ ਕੇ ਮਨ 'ਚ ਹਾਂਜੀ ਸੁੱਖਾਂ ਦੀ ਬਾੜੀ ਬਗੀਚੀ ਜਿਹੜੀ ਸੀ ਖਿੜ ਉੱਠੀ। ਭਰਾਤਾ ਕੋ ਪਾਨ ਗ੍ਰਹਿਣ ਹੋਵੇ ਔਰ ਬਾਸਰ ਆਜ ਕੇ ਮੈਂ ਬੁਲਿਹਾਰੀ। ਕਹਿਣ ਲੱਗੇ ਮੇਰੇ ਵੀਰ ਜੀ ਦਾ ਵਿਆਹ ਹੋਵੇ, ਕਹਿੰਦੇ ਇਸ ਦਿਨ ਤੋਂ ਮੈਂ ਅੱਜ ਬਹੁਤ ਬੁਲਿਹਾਰ ਜਾਂਦੀ ਹਾਂ। ਪਾਨ ਗ੍ਰਹਿਣ ਕਰਨਾ ਹੁੰਦਾ ਵਿਆਹ ਦਾ, ਹਾਂਜੀ, ਅਤੇ ਜਿਵੇਂ ਪੱਲਾ ਪਕੜਦੇ ਆ ਪਾਨ ਹੱਥਾਂ ਨੂੰ। ਪਾਤੀ ਲੇ ਹਾਥ ਜੈ ਰਾਮ ਤਵੈ ਨਿਤਜ, ਲੀਨੋ ਬੁਲਾ ਕੇ ਪਾਠ ਵਿਚਾਰੀ। ਫਿਰ ਕਹਿੰਦੇ ਹਨ ਪਾਤੀ ਲੈ ਜੈ ਰਾਮ ਤਵੈ, ਪਾਤੀ ਜਿਹੜੀ ਚਿੱਠੀ ਸੀ ਭਾਈਆ ਜੀ ਨੇ ਹੱਥ 'ਚ ਲੈ ਕੇ ਦਿਜ ਲੀਨੋ ਬ੍ਰਾਹਮਣ ਤੋਂ ਲੈ ਲਈ, ਬੁਲਾ ਕੇ ਪਾਠ ਵਿਚਾਰੀ। ਬ੍ਰਾਹਮਣ ਨੂੰ ਬੁਲਾਇਆ ਔਰ ਸਾਰੇ ਪਰਿਵਾਰ ਦੇ ਸਾਹਮਣੇ ਪਾਠ ਵਿਚਾਰੀ ਪੜ੍ਹ ਕੇ ਸੁਣਾਈ ਹੈ। ਸਰੋਨਨ ਮੈਂ ਸੁਣ ਮਾਸ ਆੜ ਕੀ ਕਿੰਨੀ ਤਿਆਰੀ ਸਭੈ ਅਗਵਾਰੀ। ਅਤੇ ਸਰੋਨਨ ਕੰਨਾਂ ਨਾਲ ਸੁਣ ਕੇ ਆੜ ਮਹੀਨੇ ਬਾਰੇ ਸਾਰਿਆਂ ਨੇ ਛੇਤੀ ਤਿਆਰੀ ਕਰਨ ਬਾਰੇ ਵਿਚਾਰਿਆ ਹੈ। ਕੀਨ ਵੱਡੋ ਉਤਸ਼ਾਹ ਫਲੋ ਚਲ ਨਾਗਰੀ ਆਵਤ ਲੋਚਨ ਵਾਚਾਰੀ। ਬਹੁਤ ਵੱਡਾ ਉਤਸ਼ਾਹ ਹੋਇਆ ਅਤੇ ਸ਼ਹਿਰ ਦੀਆਂ ਸਾਰੀਆਂ ਜਿਹੜੀਆਂ ਇਸਤਰੀਆਂ ਸ੍ਰੇਸ਼ਟ ਨੇਤਰਾਂ ਵਾਲੀਆਂ ਉਹਨਾਂ ਦੇ ਘਰ ਵਿੱਚ ਆਉਣ ਲੱਗੀਆਂ। ਭੁੱਖਾ ਨੰਬਰ ਓਢ ਪਟੰਬਰ ਸੁੰਦਰ ਮੰਦਰ ਅੰਦਰ ਨਾਰੀ। ਫਿਰ ਉਹਨਾਂ ਦੇਵੀਆਂ ਨੇ ਸੁੰਦਰ ਅੰਬਰ ਓਢ ਪਟੰਬਰ ਸੁੰਦਰ ਰੇਸ਼ਮੀ ਜਿਹੜੇ ਕੱਪੜੇ ਸੀ ਉਹ ਪਹਿਨ ਕਰਕੇ ਭੁੱਖਨ ਗਹਿਣੇ ਅਤੇ ਅੰਬਰ ਕੱਪੜੇ ਉੜ ਕੇ ਪਟੰਬਰ ਪਸ਼ਮੀਨੇ ਦੇ ਸੁੰਦਰ ਮੰਦਰ ਅੰਦਰ ਨਾਰੀ ਉਹ ਪਹਿਨ ਕੇ ਅਤੇ ਜਿਹੜਾ ਬੇਬੇ ਜੀ ਦਾ ਸੁੰਦਰ ਮੰਦਰ ਘਰ ਸੀ ਉੱਥੇ ਆ ਗਈਆਂ। ਆਸਨ ਡਾਰ ਤਾਂ ਸਤਿਕਾਰ ਧਾਰਤ ਨਾਨਕੀ ਆਨੰਦ ਭਾਰੀ। ਬੇਬੇ ਜੀ ਨੇ ਉਹਨਾਂ ਦਾ ਸਤਿਕਾਰ ਕਰਕੇ ਹੈਂ ਸੁੰਦਰ ਜਿਹੜੇ ਆਸਨ ਸੀ ਡਾਰਤ ਬਿਛਾ ਦਿੱਤੇ, ਹਾਂਜੀ, ਅਤੇ ਬੇਬੇ ਨਾਨਕੀ ਮਨ 'ਚ ਬੜਾ ਭਾਰੀ ਆਨੰਦ ਧਾਰਿਆ ਹੋਇਆ ਹੈ। ਗੀਤਨ ਗਾਵਤ ਜੀਵਨ ਭਾਵਤ ਜੀ ਹਰ ਖਾਵਤ ਹੈ ਮਿਲ ਸਾਰੀ।
ਆਰੀਆਂ ਦੇਵੀਆਂ ਮਨ 'ਚ ਮਨ ਭਾਉਂਦੇ ਗੀਤ ਗਾ ਰਹੀਆਂ, ਆਰੀਆਂ ਮਿਲ ਕੇ ਬੜਾ ਖੁਸ਼ ਹੋ ਰਹੀਆਂ ਹਨ। ਕਵਿਤ ਨਿਧੋ ਕੋ ਬੁਲਾਏ ਕਹਿ ਜੈ ਰਾਮਿਓ ਹਲਾਏ ਬਚ ਕੀਜੀਏ ਤਿਆਰੀ ਬਲਵੰ ਤਲਵੰਡੀ ਦਰੁੱਤ ਜਾਨਕੀ। ਇਹਨਾਂ ਦਾ ਨਿੱਧਾ ਪ੍ਰੋਤ ਸੀ ਭਾਈਆ ਜੀ ਦਾ, ਇਹਨੂੰ ਬੁਲਾ ਕੇ ਬਚਨ ਗਏ ਕਿ ਤਲਵੰਡੀ ਦਰੁੱਤ ਮੈਨੇ ਛੇਤੀ ਜਾਣ ਦੀ ਤਿਆਰੀ ਕਰੀਏ। ਕੁੰਕੁੰ ਸੁਪਤੀਆ ਸੁਹਾਏ ਮਿਸ਼ਟਾਨ ਸੰਗ ਧਾਮ ਹੂੰ ਕੇ ਕਾਢ ਆਨ ਦੀਨੀ ਪਾਨ ਅਨਾਨਕੀ। ਫਿਰ ਉਹ ਜਿਹੜੀ ਕੇਸਰ ਨਾਲ ਚਿੱਠੀ ਜਿਹੜੀ ਸੋਭ ਰਹੇ ਸੀ ਹਿੰਦੂ ਮਤ ਵਿੱਚ ਨਾ, ਕੇਸਰ ਪਾਣੀ ਘੋਲ ਕੇ ਉੱਤੇ ਉਂਗਲਾਂ ਜਿਹੀਆਂ ਲਾ ਦਿੰਦੇ ਆ। ਕੁੰਕੁੰ ਸੁਪਤੀਆ ਸੁਹਾਏ, ਕੁੰਕਮ ਕੇਸਰ ਨਾਲ ਚਿੱਠੀ ਸੋਭਨੀ ਹੋ ਗਈ। ਮਿਸ਼ਟਾਨ ਸੰਗ ਨਾਲ ਮਠਿਆਈ ਲੈ ਲਈ, ਧਾਮੂ ਅਤੇ ਕਾਢ ਘਰੋਂ ਕੱਢ ਕੇ ਆਨ ਦੀਨੀ ਪਾਨ ਨਾਨਕੀ ਆ ਕੇ ਉਹਦੇ ਹੱਥ ਵਿੱਚ ਨਿੱਧੇ ਬ੍ਰਾਹਮਣ ਦੇ ਦਿੱਤੀ। ਚਲੋ ਉਹਦੇ ਜਤਾਏ ਸਾਹਿਬ ਮਾਰਗ ਵਿਹਾਏ ਕਰ। ਬ੍ਰਾਹਮਣ ਚੱਲਿਆ ਮਾਰਗ ਨੂੰ ਬਤੀਤ ਕਰਕੇ ਲੰਘ ਕੇ, ਕਾਲੂ ਕਰ ਜਾਏ ਸੁੱਧ ਦਹੀ ਹਰਖਾਨ। ਮਹਿਤਾ ਜੀ ਦੇ ਘਰ ਜਾ ਕੇ ਇਹ ਖੁਸ਼ੀ ਦੀ ਜਿਹੜੀ ਖਬਰ ਸੀ ਦਿੱਤੀ ਹੈ। ਮਾਤਾ ਰਖਾਏ ਔਰ ਆਨੰਦ ਨਾ ਮਾਏ। ਮਾਤਾ ਬੜੀ ਖੁਸ਼ ਹੋਈ ਜਗਤ ਮਾਤਾ ਤ੍ਰਿਪਤਾ ਜੀ ਆਨੰਦ ਸਮਾਉਂਦਾ ਨੇ। ਸ਼ੁਭ ਸ਼ਗਨ ਮਨਾਏ ਭਾਣੇ ਕੌਣ ਮੇਰੇ ਮਨ ਕੀ। ਹਾਂਜੀ, ਕਹਿੰਦੇ ਸ਼ੁਭ ਸ਼ਗਨਾਂ ਨੂੰ ਮਨਾਉਣਾ ਕੀਤਾ। ਅੱਜ ਕਹਿੰਦੇ ਕੌਣ ਹੈ, ਹੈਂ ਮੇਰੇ ਵਰਗਾ ਮਾਨ ਸਨਮਾਨ ਕਿਹਨੂੰ ਮਿਲ ਰਿਹਾ ਹੈ। ਹਰਖ ਕਰਤ ਔਰ ਮੈਂ ਸਰਸ ਕਾਲੂ ਬਹੁ ਸੁੱਖ ਪਾਏ। ਮਹਿਤਾ ਜੀ ਨੇ ਬੜੇ ਖੁਸ਼ ਹੋਏ, ਪਿਤਾ ਜੀ ਨੇ ਮਨ 'ਚ ਬੜਾ ਹਾਂਜੀ ਸੁੱਖ ਜਿਹੜਾ ਆਨੰਦ ਹੈ ਉਹਦਾ ਅਨੁਭਵ ਕੀਤਾ ਹੈ। ਸਰਸ ਬਹੁਤ ਹੀ ਤੁਰਨ ਤਿਆਰੀ ਕੋ ਕਰਤ ਖਰਚਿਤ ਧਨ ਕਰ ਚਾਏ, ਛੇਤੀ ਜਾਣ ਦੀ ਤਿਆਰੀ ਕਰ ਲਈ। ਔਰ ਜਿਹੜੀ ਮਾਇਆ ਸੀ ਬੜੇ ਪਿਆਰ ਨਾਲ ਸਤਿਕਾਰ ਨਾਲ ਖਰਚ ਰਹੇ ਹਨ। ਸੋਰਠਾ ਸ਼੍ਰੀ ਨਾਨਕ ਕੀ ਮਾਤ ਕਰੀ ਰੀਤ ਜੇ ਵਿਆਹ ਕੀ। ਧੰਨ ਸ਼੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਮਾਤਾ ਜੀ ਨੇ ਵਿਆਹ ਦੀ ਰੀਤੀ ਕੀਤੀ ਹੈ। ਮੰਗਲ ਸੰ ਸੁਹਾਤ ਤੋਰਨ ਦਰ ਪਰ ਰਾਜ ਹੀ ਘਰ ਦੇ ਦਰਵਾਜ਼ਿਆਂ 'ਤੇ ਉਹ ਧਾਗਿਆਂ 'ਚ ਉਹ ਜਿਹੜੇ ਅੰਬ ਜਾਂ ਜਾਮਣ ਦੇ ਪੱਤੇ ਜਾਂ ਪਰੋ ਕੇ ਬੰਨ ਦਿੱਤੇ ਹੈ। ਦਰ ਪਰ ਰਾਜ ਦਰ 'ਤੇ ਰਾਜ ਮੈਨੂੰ ਸ਼ੋਭਾ ਪਾ ਰਿਹਾ ਹੈ। ਕਵਿਤ ਨਗਰ ਕੀ ਨਾਰ ਸਭ ਲੀਨੀ ਹੈ ਹਕਾਰ। ਨਗਰ ਦੀਆਂ ਸਾਰੀਆਂ ਇਸਤਰੀਆਂ ਨੂੰ ਬੁਲਾਇਆ ਗਿਆ। ਕਿੰਨੇ ਅੰਗਾਂ ਨੇ ਸ਼ਿੰਗਾਰ ਕੋ ਆਨੰਦ ਔਰ ਆਪਤੀ। ਉਹਨੇ ਆਪਣੇ ਅੰਗਾਂ ਨੂੰ ਬੜਾ ਸ਼ਿੰਗਾਰਿਆ, ਬੜੇ ਆਨੰਦ ਨਾਲ ਹਾਂਜੀ ਆ ਰਹੀਆਂ ਹਨ। ਕੋ ਸ਼ਿੰਗਾਰ ਕੋ ਆਨੰਦ ਔਰ ਆਪਤੀ, ਉਹਨਾਂ ਦੇ ਮਨਾਂ 'ਚ ਬੜਾ ਆਨੰਦ ਆਇਆ। ਬੇਦਨ ਬਧੂਟੀ ਸ਼ਬ ਸਭਨ ਕੀ ਲੂਟੀ, ਮਨੋ ਬਾਂਧ ਬਾਂਧ ਟੋਲੀ ਮੁੱਖ ਮੰਦ ਮੰਦ ਗਾਉਤੀ। ਬੇਦੀਆਂ ਦੀਆਂ ਬਹੁਟੀਆਂ ਹਾਂਜੀ ਅਤੇ ਉਹ ਫੇਸ ਕਰਕੇ ਸ਼ਿੰਗਾਰ ਕਰਕੇ ਬੜੀਆਂ ਫੱਬ ਰਹੀਆਂ ਹਨ। ਸਾਰਿਆਂ ਦੇ ਮਨ ਨੂੰ ਲੁੱਟਿਆ, ਮਨੋ ਬਾਂਧ ਬੰਧ ਟੋਲੀ ਮੁੱਖ ਮੰਦ ਮੰਦ ਗਾ। ਹਾਂਜੀ ਮਨੋ ਟੋਲੀਆਂ ਬੰਨ ਬੰਨ ਕੇ ਮੂੰਹ ਤੋਂ ਹੌਲੀ ਹੌਲੀ ਗੀਤ ਗਾਉਂਦੀਆਂ ਹੋਈਆਂ। ਚੂਨਰੀ ਨਵੀਨ ਲਾਲ ਛੂਟੀ ਸੁੱਠ ਮਾਲ ਗਰੇ, ਬਿੰਦੀ ਧਰੇ ਪਾਲ ਪਰੀ ਹੀ ਹਲ ਸਾਵਤੀ। ਚੁੰਨੀਆਂ ਜਿਹੜੀਆਂ ਦੁਪੱਟੇ ਨਵੇਂ ਅਤੇ ਲਾਲ, ਨਵੀਆਂ ਚੁੰਨੀਆਂ ਬੇਪਰਵਾਹੀ ਨਾ ਮਤਲਬ ਇੱਧਰ ਉੱਧਰ ਛੁੱਟ ਰਹੀਆਂ ਹਨ। ਹਾਂਜੀ ਸੁੱਠ ਮਾਲ ਗਰੇ ਹਾਂਜੀ ਅਤੇ ਮਾਲਾ ਘਰ ਵਿੱਚ ਬੜੀਆਂ ਸੁੱਠ ਸੁੰਦਰ ਪਾਈਆਂ ਹੋਈਆਂ। ਬਿੰਦੀ ਧਰੇ ਪਾਲ ਮੱਥੇ 'ਤੇ ਬਿੰਦੀਆਂ ਲਈਆਂ, ਪਰੀ ਹਲ ਸਾਵਤੀ ਆਪਣੇ ਹਿਰਦੇ 'ਚ ਬਹੁਤ ਹੀ ਫੁੱਲ ਸਾਵਤੀ ਖੁਸ਼ ਹੋ ਰਹੀਆਂ ਹਨ। ਬਰੀਦਾਰ ਨਾਰੀ ਗੁਰ ਮਤ ਸਤਿਕਾਰੀ ਸਭ ਭਈ ਭੀਰ ਭਾਰੀ ਕਰ ਥਾਬ ਹੁਣ ਪਾਵਤੀ। ਫਿਰ ਕਹਿੰਦੇ ਬਰੀਦਾਰ ਨਾਰੀ ਹਾਂਜੀ ਉਹ ਆ ਕੇ ਉਹਨਾਂ ਦੇ ਦਰਵਾਜ਼ਿਆਂ 'ਤੇ ਪ੍ਰਵੇਸ਼ ਹੋਈਆਂ। ਮਾਤਾ ਨੇ ਸਾਰਿਆਂ ਨੂੰ ਸਤਿਕਾਰ ਕੀਤਾ, ਭਾਰੀ ਭੀੜ ਸੀ, ਘਰ ਦੇ ਵਿੱਚ ਥਾਂ ਨਹੀਂ ਪਾ ਰਹੀਆਂ ਹਨ। ਦੇ ਤੈ ਵਧਾਈ ਲੇਤ ਸੋ ਗੁਣੀ ਚੜ੍ਹਾਏ ਸੀ ਪੂਜ ਸੁੱਤ ਈਸ ਕੋ ਅਵੇਗਨਾ ਮਨਾਵੀ। ਉਹ ਜਿਹੜੀਆਂ ਦੇਵੀਆਂ ਵਧਾਈਆਂ ਦੇ ਰਹੀਆਂ, ਲੇਤ ਸੌ ਗੁਣੀ ਚੜ੍ਹਾਏ ਸੀ ਅਤੇ ਮਾਤਾ ਜੀ ਉਹਨਾਂ ਦੀਆਂ ਵਧਾਈਆਂ ਨੂੰ ਲੈ ਕੇ ਸਿਰ ਚੜ੍ਹਾ ਰਹੇ, ਭਾਵ ਪ੍ਰਵਾਨ ਕਰ ਰਹੇ, ਪੂਜ ਸੁੱਤ ਈਸ ਕੋ ਅਵੇਗਨਾ ਮਨਾਵੀ।
ਕੇ ਨਿਰੰਕਾਰ ਨੂੰ ਪੂਜ ਕੇ ਆਪਣੇ ਸਪੁੱਤਰ ਸ਼੍ਰੀ ਗੁਰੂ ਜੀ ਦਾ ਮੰਗਲ ਮਨਾ ਰਹੀਆਂ ਹਨ। ਸੁਣਪੁਰ ਸਾਰੇ ਆਏ ਜਾਚਕ ਦੁਆਰੇ ਮਿਲ ਸੁਣ ਕੇ ਸਾਰੇ ਜਾਚਕ ਦੁਆਰੇ ਅਤੇ ਆ ਗਏ ਨਗਰ ਦੇ। ਮੰਗ ਜੋ ਦੇ ਸੋ ਛੂਛੋ ਨਾ ਹਟਾਵੇ, ਜੋ ਮੰਗਦੇ ਦਿੰਦੇ ਆ ਖਾਲੀ ਨਹੀਂ ਹਟਾਉਂਦੇ। ਕਿਹਨੂੰ ਭਗਵਾਨ ਬਾਂਟ ਦਿਨੋਂ ਸਨਮਾਨ ਸਨ, ਅਧਿਕ ਮੰਗ ਸੰਗ ਅੰਗ ਮੈਂ ਨਾ ਮਾਵੇ। ਭਗਵਾਨ ਕੀਤਾ ਸਨਮਾਨ ਨਾ ਬੰਟਤਾ, ਅਧਿਕ ਇੱਛਾ ਦੇ ਸਹਿਤ ਉਹਨਾਂ ਦੇ ਅੰਗ ਖੁਸ਼ੀਆਂ 'ਚ ਸਮਾਉਂਦੇ ਨਹੀਂ। ਦੁੰਦਵੀ ਉਹ ਫੇਰੀ ਪੌਰ ਧਰੀ ਵਿਦ ਖਰੀ ਵਾਜੈ, ਨਾਨਕੀ ਪੀਰ ਭਰੀ ਹੇਰ ਸੁੱਖ ਪਾਵੇ। ਉਹ ਫਿਰ ਦੇਵੀਆਂ ਦੀ ਭੀੜ ਇਹ ਸਾਰਾ ਕੁਝ ਦੇਖ ਕੇ ਬੜੇ ਖੁਸ਼ ਹੋ ਰਹੇ ਹੈ, ਬੜਾ ਸੁੱਖ ਪਾ ਰਹੇ ਹਨ। ਉਹਦੀ ਕੋਲ ਰੀਤ ਜੋ ਕਾਲੂ ਸਭ ਕੀਨ ਸੋ ਆਏ, ਬੇਦੀ ਸਭ ਕੋ ਹਿਰਦੇ ਹਰ ਖਾਇਕ ਹੈ। ਬੇਦੀਆਂ ਦੀ ਕੁੱਲ ਦੀ ਜਿਹੜੀ ਰੀਤੀ ਹੈ, ਹਾਂਜੀ, ਮਹਿਤਾ ਸਾਹਿਬ ਨੇ ਉਸੇ ਤਰ੍ਹਾਂ ਕੀਤੀ ਹੈ। ਸਾਰੇ ਬੇਦੀ ਆਏ ਹੈ, ਹਿਰਦੇ ਬੜੇ ਖੁਸ਼ ਹਨ। ਬੋਲ ਕੇ ਬਦਨ ਨੇ ਸਸਰ ਹੈ ਸਦਨ ਸੁਦ ਭੇਜੀ, ਜਸਪਾ ਦੇ ਮਨ ਪਠਾਇਕ ਹੈ। ਬੋਲ ਕੇ ਮੁੱਖ ਤੋਂ ਨਿਜ ਸਸਰੇ ਸਦਨ ਸੁਧ ਭੇਜੀ, ਆਪਣੇ ਸਹੁਰੇ ਘਰ ਹੈ ਖਬਰ ਭੇਜਤੀ। ਜਸਪਾ ਦੇ ਮਨ ਪਠਾਇਆ, ਜਸਪਾ ਮੈਨੇ ਛੇਤੀ ਇੱਕ ਪੁਰਸ਼ ਨੂੰ ਪਠਾ ਕੇ ਭੇਜ ਕੇ ਸੋਨੀ ਮਨ ਪਾਏ ਦਿਨ ਮੰਗਲ ਕਰਾਏ, ਬਹੁ ਲੇਖ ਹੈ ਸਮਾਜ ਸਭ ਆਏ ਸੁੱਖ ਪਾਏ ਗਏ। ਸਾਰਿਆਂ ਨੇ ਮਨ ਪਾਉਂਦੀ ਗੱਲ ਸੁਣੀ, ਬਹੁਤ ਮੰਗਲ ਖੁਸ਼ੀਆਂ ਕੀਤੀਆਂ, ਖੁਸ਼ੀਆਂ ਦਿੱਤੀਆਂ ਲਈਆਂ। ਸਮਾਜ ਸਾਰਾ ਆਇਆ ਬੜਾ ਸੁੱਖ ਪਾ ਕਰਕੇ। ਮਿਲ ਕੇ ਵਿਚਾਰ ਕਰ ਚੱਲੇ ਸੁਲਤਾਨਪੁਰ, ਸੌਜ ਲੀਜੇ ਸਰਸਨ ਦੀਜੇ ਭਲਾਏ ਗਏ। ਫਿਰ ਕਹਿੰਦੇ ਮਹਿਤਾ ਕਾਲੂ ਘਰ ਦੇ ਉਹ ਪਹੁੰਚ ਗਏ, ਔਰ ਸਾਰਿਆਂ ਨੇ ਵਿਚਾਰ ਕਰਕੇ ਸੁਲਤਾਨਪੁਰ ਚੱਲਣ ਵਾਸਤੇ ਤਿਆਰ ਹੋ ਗਿਆ। ਔਰ ਇਹ ਗੱਲ ਨੂੰ ਭੁਲਾ ਕੇ ਕਿ ਸਮਾਨ ਵੱਧ ਨਾ ਬਹੁਤਾ ਨਾ ਲਈਏ, ਸੌਜ ਲੀਜੇ ਸਾਰੇ ਸੁਣਾ ਦੀਜੇ ਭਲਾ, ਲੋੜ ਜਾਂਦੀ ਸਮੱਗਰੀ ਲੈ ਲਈਏ, ਸਫ਼ਰ ਵੀ ਲੰਮਾ, ਸਾਰਾ ਕੁਝ ਭੁਲਾ ਕੇ ਲੋੜ ਮੁਤਾਬਕ ਸਮਾਨ ਲੈ ਲਈਏ। ਸਵਈਆ ਕਾਲੂ ਗਿਆ ਤਾਂ ਰਾਏ ਕੇ ਪਾਸ ਕਰੀ ਅਰਦਾਸ ਤਜੀਮ ਬਖਾਨੀ। ਫਿਰ ਮਹਿਤਾ ਸਾਹਿਬ ਜੀ ਸ਼੍ਰੀ ਰਾਏ ਬਲਾ ਦੇ ਕੋਲ ਗਏ, ਔਰ ਫਿਰ ਅਰਦਾਸ ਕਰੀ ਤਜੀਮ ਬਖਾਨੀ। ਫਿਰ ਅਰਦਾਸ ਕੀ ਤਜੀਮ ਮੈਨੇ ਸਲਾਮ ਕਹੀ ਹੈ, ਨਾਨਕ ਦਾਸ ਤੋਂ ਮਾਰੇ ਕੋ ਵਿਆਹ ਚਲੋ ਸੁਲਤਾਨਪੁਰ ਮਮਠਾਨੀ। ਆਪ ਜੀ ਦੇ ਪਿਆਰੇ ਸ਼੍ਰੀ ਗੁਰੂ ਜੀ ਦਾ ਵਿਆਹ ਆ ਗਿਆ, ਮੈਂ ਸੁਲਤਾਨਪੁਰ ਜਾਣ ਦਾ ਮਨ ਬਣਾਇਆ ਹੈ, ਇਹ ਗੱਲ ਧਾਰੀ ਹੈ। ਆਜ ਸਲਿਆਂ ਨੂੰ ਗਵਾਇਓ ਮਹਾਰਾਜ ਜੀ, ਦੇਹੋ ਵਜਾ ਕੇ ਵਾਸਿਆਂ ਨੇ, ਮੈਂ ਆਪ ਜੀ ਦੀ ਆਗਿਆ ਲੈਣਾ ਹਾਂ, ਸਾਨੂੰ ਕੋਈ ਸਿਆਣਪ ਵਾਲੀ ਗੱਲ ਸਮਝਾ ਦਿਓ। ਰੋਸ ਮਹਾਰਾਜ ਭੈਓ ਸੁਣ ਕੇ ਮਤ ਕਾਲੂ ਰਹੀ ਤੁਜ ਨੀਤ ਅਜਾਨੀ। ਇਹ ਗੱਲ ਸੁਣ ਕੇ ਸ਼੍ਰੀ ਰਾਏ ਬੁਲਾਰ ਜੀ ਗੁੱਸੇ ਥੋਏ, ਔਰ ਕਹਿਣ ਲੱਗੇ ਉਹ ਮਹਿਤੇ ਤੇਰੀ ਮਤ ਸਦਾ ਅਜਾਨੀ ਨਿਆਣਿਆਂ ਵਾਲੀ ਰਹੀ ਹੈ, ਤਾਤ ਪਛਾਣ ਤਾਂ ਭੇਦ ਰੱਖੇ ਨੇ, ਦੁੱਖ ਤੋਂ ਮੋਹੇ ਕਰੇ ਬਿਨ ਜਾਨੀ। ਤੂੰ ਕੇਵਲ ਉਹਨਾਂ ਨੂੰ ਆਪਣਾ ਸੁਪੁੱਤਰ ਹੀ ਸਮਝ, ਅਸਲੀ ਜਿਹੜਾ ਉਹਨਾਂ ਦੀ ਮਹਾਨਤਾ ਦਾ ਭੇਦ ਨੂੰ ਤੂੰ ਜਾਣਦਾ ਨਹੀਂ ਹੈ, ਅਤੇ ਮੈਨੂੰ ਇਸ ਤਰ੍ਹਾਂ ਦੀ ਗੱਲ ਕਰਕੇ ਬਿਨੇ ਕਾਰਨ ਕਿਉਂ ਦੁਖੀ ਕਰ ਰਿਹਾ ਹੈ। ਦਾਸ ਲਖੈ ਤੇ ਕੋ ਮਨ ਮੈਂ ਤਿਉਂ ਲੋਕਣ ਕੇ ਪੱਤ ਜੋਗਾ ਦਾਨੀ। ਮੈਂ ਤਾਂ ਆਪਣੇ ਆਪ ਨੂੰ ਮਨ 'ਚ ਉਹਨਾਂ ਦਾ ਦਾਸ ਜਾਣਦਾ, ਤਿੰਨਾਂ ਲੋਕਾਂ ਦੇ ਪਤੀ ਗਤ ਦਾਨੀ ਕਲਿਆਣ ਦਾਤਾ ਹਨ। ਹੋਰ ਤਾਂ ਮਮਰੰਜ ਸੋਨੇ ਬਚ ਫੇਰ ਕਰੋ ਨਾ ਇਸ ਬਖਾਨੇ। ਇਸ ਵਾਸਤੇ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਮੇਰੇ ਮਨ 'ਚ ਬੜਾ ਰੰਜ ਦੁੱਖ ਹੁੰਦਾ ਹੈ, ਦੁਬਾਰਾ ਮੁੜ ਕੇ ਕਦੀ ਮੈਨੂੰ ਫੇਰ ਇਸ ਤਰ੍ਹਾਂ ਦੀ ਗੱਲ ਨਾ ਕਹੀਂ। ਤੋਹਿਰ ਸਮਝਾਏ ਸੋਵੇ ਤਾਂ ਇੱਕ ਵੀ ਬਾਤ ਨਹੀਂ ਮਨਮਾਨੀ, ਤੈਨੂੰ ਮੈਂ ਬਹੁਤ ਤਰ੍ਹਾਂ ਸਮਝਾਉਂਦਾ ਰਿਹਾ, ਲੇਕਿਨ ਤੈਂ ਮੇਰੀ ਇੱਕ ਗੱਲ ਵੀ ਮਨ 'ਚ ਨਹੀਂ ਮੰਨੀ। ਕਾਲੂ ਖੰਡ ਰਾਏ ਸੁਣੋ ਤੋ ਮੈਂ ਈਸ਼ਰ ਕੇ ਸਮਝਾਉਣ ਤੋਂ ਹਾਂ। ਮੈਂ ਤਾਂ ਇਹ ਕਹਿਣ ਲੱਗਾ ਰਾਏ ਬੁਲਾਰ, ਮੈਂ ਤੁਹਾਨੂੰ ਈਸ਼ਵਰ ਦੇ ਬਰਾਬਰ ਜਾਣਦਾ। ਹਾਂਜੀ ਬੈਸ ਵੱਡੀ ਪੁਰਕੇ ਪਤਰਾਵਰ ਆਦਰ ਮਾਨ ਪਛਾਣਦੇ ਹੋ, ਤੁਹਾਡੀ ਉਮਰ ਵੀ ਵੱਡੀ ਹੈ, ਨਗਰ ਦੇ ਤੁਸੀਂ ਰਾਜੇ ਹੈ, ਇਸ ਵਾਸਤੇ ਮੈਂ ਜਾਣਦਾ ਹਾਂ। ਆਦਰ ਔਰ ਨਵਾਦ ਕੋ ਸੁਣ ਕਾਲੂ, ਮੈਂ ਹੀਨਤ ਮਾਨ 'ਚ ਹੂੰ। ਫਿਰ ਕਹਿਣ ਲੱਗੇ ਹੈ ਇਹ ਸੁਣ ਕੇ ਕਿ ਮੈਨੂੰ ਕਹਿੰਦੇ ਆਪਦਾ ਕਿੰਨਾ ਸਤਿਕਾਰ ਮਾਨਣਾ ਕਰਨਾ ਚਾਹੀਦਾ। ਇਹ ਸੁਣ ਕੇ ਰਾਏ ਵਾਲਾ ਕਹਿਣ ਲੱਗੇ, ਹੇ ਕਾਲੂ ਸੁਣ ਲੈ, ਹੋਰਨਾਂ ਗੱਲਾਂ 'ਚ ਆਦਰ ਮਾਨ ਪ੍ਰਾਪਤ ਕਰਨਾ ਹੈ, ਆਪਣੀ ਮੈਂ ਨਰਾਦਰੀ ਸਮਝ ਰਿਹਾ ਹਾਂ। ਸੀਸ ਘਰੀਟ ਸੁਹਾਵਤ ਹੈ ਪੱਗ ਪਾਵਤ ਮੁੰਡ ਮੈਂ ਠਾਣਾ ਤੋਂ, ਜਿਹੜਾ ਮੁਗਟ ਹੁੰਦਾ ਉਹ ਸੀਸ 'ਤੇ ਸੋਭਾ ਪਾਉਂਦਾ, ਅਤੇ ਜੇ ਪੈਰਾਂ ਵਿੱਚ ਮੁਗਟ ਰੱਖੀਏ ਤਾਂ ਮੈਂ ਉਹਨੂੰ ਮੂਰਖਤਾ ਹੀ ਸਮਝਦਾ ਹਾਂ, ਇਹ ਕੰਮ ਮੂਰਖ ਹੁੰਦਾ ਹੈ। ਦੋਹਰਾ ਆਪ ਤੋਂ ਕਹਿਵੋ ਬਖਸ਼ੀਏ ਬੋਰ ਨਾ ਕਰੋ ਜਾ। ਮਹਿਤਾ ਜੀ ਕਹਿਣ ਲੱਗੇ, ਹੁਣ ਤਾਂ ਮੈਨੂੰ ਹੁੰਦੀ ਵਾਰੀ ਬਖਸ਼ ਦਿਓ, ਮੁੜ ਕੇ ਐਸਾ ਵਚਨ ਨਹੀਂ ਕਹਾਂਗਾ।
ਬਿਸਰੇ ਜਦ ਮਮਰੀਦੇ ਤੇ ਰਾਖੋ ਵੈ ਸੰਭਾਰ। ਇਸ ਵਾਸਤੇ ਮਹਿਤਾ ਜੀ ਕਹਿਣ ਲੱਗੇ ਕਿ ਮੁੜ ਕੇ ਇਹੋ ਜਿਹੇ ਬਚਨ ਬੋਲਾਂਗਾ ਹੁਣ ਮੈਂ ਇਹ ਬਚਨ ਨੂੰ ਕਦੇ ਵੀ ਭੁੱਲਾਂਗਾ ਨਹੀਂ ਅਤੇ ਆਪਣੇ ਹਿਰਦੇ 'ਚ ਤੁਹਾਡੇ ਬਚਨ ਨੂੰ ਸੰਭਾਲ ਕੇ ਰੱਖਾਂਗਾ। ਸੋਠਾ ਹੁਣ ਬਖਸ਼ਣ ਕੋ ਕੌਣ ਬਖਸ਼ਣ ਵਿੱਚ ਸੋ ਬਖਸ਼ਾਈ। ਕਹਿੰਦੇ ਇਹ ਹੁਣ ਗਰਾਇਬ ਲਾ ਕਹਿੰਦਾ ਮੈਂ ਬਖਸ਼ਣਾ ਕੌਣ ਹੈ, ਬਖਸ਼ਣ ਦਾ ਨਿਰੰਕਾਰ ਉਹੀ ਬਖਸ਼ ਸਕਦਾ ਸੁੱਤ ਨਾਨਕ ਕੁਝ ਭਾਉਣ ਬਿਨ ਬਖਸ਼ਣ ਬਖਸ਼ੇ ਸਾ ਤੇਰੇ ਘਰ ਹੈ ਤੁਹਾਨੂੰ ਗੁਰੂ ਨਾਨਕ ਸਾਹਿਬ ਹੈ ਨਾ ਬਖਸ਼ਣ ਵਾਲਿਆਂ ਨੂੰ ਬਖਸ਼ਣ ਵਾਲੇ ਹੈ ਸਦਾ ਹੀ ਜਾਓ ਬੇਨਤੀ ਦੇਸ਼ ਤੇ ਕਿਰਤ ਬੰਦਗੀ ਨਾਨਕ ਚੰਦ ਵਾਰੀ ਜਾਓ। ਹੁਣ ਮੇਰੀ ਵੱਲੋਂ ਤੁਸੀਂ ਸ਼੍ਰੀ ਗੁਰੂ ਜੀ ਅੱਗੇ ਨਮਸਕਾਰ ਕਰਨੀ ਬੰਦਗੀ ਹਾਸਲ ਹੋਈ ਮਰਾਦ ਤੁਮਾਰ ਖਦਾਏ ਕਰਿਆ ਸਵਕਾਰ ਸਵਾਰੀ ਤੁਹਾਡੀ ਮਰਾਦ ਇੱਛਾ ਪੂਰੀ ਹੋਵੇ ਖੁਦਾਵੰਦ ਕਰੀਮ ਤੁਹਾਡੀਆਂ ਸਾਰੀਆਂ ਮਰਾਦਾਂ ਪੂਰੀਆਂ ਕਰੇ ਤੁਹਾਡੇ ਸਾਰੇ ਕਾਰਜਾਂ ਨੂੰ ਸਵਾਰੇ ਸੁਮਤਾ ਹੋਏ ਅਧਾਰਤਾ ਤਾਰ ਕਰੋ ਵਿਵਾਹ ਸੁਕੀਰਤਕਾਰੀ। ਫਿਰ ਵੀ ਗੱਲ ਸੁਣ ਲੈ ਫਿਰ ਸੁੰਪਣਾ ਛੱਡ ਦੇਈ ਹੈਂ ਆਧਾਰ ਖੁੱਲ ਦਿਲੀ ਧਾਰਨ ਕਰ ਲਈ ਔਰ ਤਾਂ ਕਿ ਜਿਹੜਾ ਵਿਆਹ ਆ ਉਹਦੇ ਜਸ ਪੂਰਾ ਹੋਵੇ ਅਤੇ ਕੀਰਤ ਵਡਿਆਈ ਵੀ ਹੋਵੇ। ਮੋਹਿਨ ਕਹਿਤੇ ਚਾਹੇ ਸੁਲੇ ਵਾ ਹੈ ਸਵਕਾਰ ਅਥਵਾ ਤੁਹਾਨੂੰ ਪਾਰੀ ਮੇਰੇ ਘਰੋਂ ਜਿਹੜਾ ਤੁਹਾਨੂੰ ਚਾਹੀਦਾ ਉਹ ਲੈ ਲਓ ਹਾਂਜੀ ਮੇਰੇ ਨਿਖੇਤ ਘਰ ਤੋਂ ਸੇਵਕਾ ਪਾਲਕੀਆਂ ਰਾਤ ਅਤੇ ਭਾਰੀ ਧਨ ਮਹਾਰਾਜ ਨੇ ਦਿੱਤਾ ਉਹਨਾਂ ਨੇ ਘਾਟਾ ਨੇ ਜੋ ਲੋੜ ਹੈ ਲੈ ਲਓ। ਲੀਨੇ ਤਰੰਗਮ ਭੂਖਨ ਸੰਜੋਤ ਸੁੰਦਰ ਜੀ ਨੇ ਜਿਹਨੇ ਛਬ ਛਾਈ ਫਿਰ ਉਹਨਾਂ ਨੇ ਗਹਿਣਿਆਂ ਅਤੇ ਸੁੰਦਰ ਜਿਹੜੀਆਂ ਹਾਂਜੀ ਕਾਠੀਆਂ ਪਾਈਆਂ ਸੀ ਉਹਨਾਂ ਦੇ ਸਹਿਤ ਛਬ ਛਾਈ ਉਹ ਬੜੇ ਸੋਭਾ ਪਾ ਰਹੇ ਸੀ। ਸਿੰਦਨ ਔਰ ਸਕਟੇ ਸੋ ਸਾਗ ਤੂੰ ਬਣਾ ਲੈ ਸੁਣਦਾ ਜੀ ਫਿਰ ਸਿੰਦਨ ਰਾਤ ਸਕਟੇ ਗੱਡੇ ਸ਼ੁਭ ਤਰੀਕੇ ਨਾਲ ਸਜਾ ਕੇ ਤੰਬੂ ਕਨਾਤਾਂ ਸਾਰੀਆਂ ਲਈਆਂ ਕਾਲੂ ਨੇ ਉਹ ਤਹਿਤ ਹੱਥ ਮੈਂ ਭੁਗਦੇ ਦੇ ਪੈ ਵਰਿਆਈ। ਮਹਿਤਾ ਜੀ ਲੈਂਦੇ ਨਹੀਂ ਪਰ ਸ਼੍ਰੀ ਰਾਏ ਬੁਲਾਰ ਨੇ ਜ਼ੋਰੋ ਜ਼ੋਰੀ ਉਹਨੂੰ ਧਨ ਪਕੜਾ ਰਹੇ ਨੇ ਵਰਿਆਈ ਮੈਨੇ ਜ਼ੋਰੋ ਜ਼ੋਰੀ ਬੰਦਨ ਕੋ ਕਰ ਹੋਏ ਪਿਤਾ ਨਹੀਂ ਤਾਂ ਵੀ ਗਏ ਮਨ ਮੈਂ ਰਖਾਈ ਕਿ ਨਵੀਂ ਘਰ ਚਲੇ ਗਿਆ ਮਨ 'ਚ ਬੜਾ ਖੁਸ਼ ਹੋਇਆ। ਮਨ ਭੇਜ ਬੁਲਾਏ ਪਟਾਇਆ ਸਭ ਹੈ ਪੁਰ ਮੈਰਾ ਬੇਦੀ ਜੋ ਗਿਆਤੀ ਫਿਰ ਪੁਰਸ਼ ਨੂੰ ਭੇਜ ਕੇ ਜਿਹਨੇ ਨਗਰ ਨਾਲੇ ਖਿਆਤੀ ਸੰਬੰਧੀ ਬੇਦੀ ਸੀ ਸਾਰੇ ਬੁਲਾ ਲੈ ਬੇਸਨਮਾਨ ਵਿਖਾਣ ਕਿ ਉਹ ਮਨ ਜਾਨੋ ਬਾਂਸੋਂ ਮਾਰ ਖਿਆਤੀ ਉਹਨਾਂ ਦਾ ਬੜਾ ਸਤਿਕਾਰ ਮਾਣ ਕਰ ਕਹਿਣ ਲੱਗਾ ਆਪਣੇ ਮਨ ਚੰਗੀ ਤਰ੍ਹਾਂ ਜਾਣੋ ਸਾਡਾ ਜਿਹੜਾ ਬੇਦੀਆਂ ਦਾ ਵੰਸ਼ ਹੈ ਇਹ ਖਿਆਤੀ ਬੜਾ ਪ੍ਰਗਟ ਸ੍ਰੇਸ਼ਟ ਹੈ ਉਹ ਪਟਵਾਰੀ ਅੰਦਾਵਨ ਕੋਜਨ ਗਏ ਬਹੁ ਗ੍ਰਾਮ ਹੈ ਦੀਰਘ ਜਾਤੀ। ਉੱਧਰ ਦੂਜੇ ਪਾਸੇ ਬਾਬਾ ਮੂਲ ਚੰਦ ਰੰਧਾਵਿਆਂ ਦੇ ਇੱਥੇ ਰੰਧਾਵੇ ਦਾ ਪਟਵਾਰੀ ਹੈ ਔਰ ਜਿਨ੍ਹਾਂ ਦੀ ਬੜੀ ਜਾਤ ਹੈ ਬਹੁਤ ਸਾਰੇ ਪਿੰਡ ਵੀ ਹਨ। ਭੂਰ ਘਰੋਂ ਮਿਲ ਗਏ ਜਸ ਪਾਵਨ ਜੇ ਜਗ ਮੈਂ ਸ਼ੁਭਰੀਤ ਸੁਆਤੀ ਫਿਰ ਸਾਰੇ ਤੁਸੀਂ ਮਿਲ ਮਿਲਾ ਕੇ ਛੇਤੀ ਕਰੋ ਸੰਸਾਰ ਵਿੱਚ ਪਵਿੱਤਰ ਜਾਸ ਵਡਿਆਈ ਜਿਹੜੀ ਇਹ ਰੀਤੀ ਸੁਆਤੀ ਮੈਨੇ ਸੋਭਦੀ ਹੈ ਦੁਹਰਾ ਇੱਕ ਮੇਰੀ ਤੁਮ ਨਾ ਲਖੋ ਹੈ ਸਭ ਕੀ ਹੀ ਲਾਜ ਕਹਿੰਦੇ ਇੱਕ ਮੇਰੀ ਨੇ ਇਹ ਕੰਮ ਵਿੱਚ ਸਾਰਿਆਂ ਦੀ ਲੱਜਾ ਇੱਜਤ ਇੱਕੋ ਜਿਹੀ ਹੈ ਕਮਨੋ ਵੈ ਬੁਲਾਮਤਾ ਸੁੰਦਰ ਸਾਜੋ ਸਾਜ ਹੁਣ ਡੇਰੀ ਛੱਡ ਕੇ ਛੇਤੀ ਚੱਲੀਏ ਕਿਉਂਕਿ ਆਪਣੇ ਸਾਰੇ ਸਮਾਜ ਹਾਂਜੀ ਇਹ ਸੁੰਦਰ ਸਜਾ ਲੈਣਾ ਕਰੋ ਸੁਣ ਸੁਣ ਬੇਦੀ ਸਵੈ ਬਾਣੇ ਭਲੇ ਬਣਾਏ। ਇਹ ਗੱਲ ਸੁਣ ਕੇ ਕੰਨਾਂ ਨਾਲ ਬੇਦੀਆਂ ਨੇ ਆਪਣੇ ਜਿਹੜੇ ਬਾਣੇ ਲਿਬਾਸ ਸੀ ਚੰਗੇ ਬਣਾ ਲਏ ਪੁਸ਼ਾਕਾਂ ਸੋਹਣੀਆਂ ਪਹਿਨ ਲਈਆਂ ਲੇ ਨਿੱਜ ਧਨ ਨਿੱਜ ਨਿੱਜ ਧਾਮ 'ਤੇ ਚੱਲੇ ਚਤਰਜਤ ਚਾਏ ਫਿਰ ਕਹਿੰਦੇ ਆਪਣੇ ਆਪਣੇ ਧਨ ਲੈ ਕੇ ਚਤਰ ਸਿਆਣਪ ਵਾਲੇ ਜਿਹੜੇ ਪੁਰਸ਼ ਸੀ ਬੜੇ ਖੁਸ਼ੀਆਂ ਖੇੜਿਆਂ ਨਾਲ ਚੱਲ ਪਏ। ਸੋਈਆ ਕੰਜਨ ਭੁਖਨ ਪਾਏ ਕਹਿੰਦੇ ਨਗ ਬੀਚ ਬਣੇ ਜਿਨਕੈ ਚਮਕਾਵੈ ਫਿਰ ਸੋਨੇ ਦੇ ਜਿਹੜੇ ਗਹਿਣੇ ਪਾਏ ਕੰਚਨ ਨਗ ਬੀਜ ਜਿਨ੍ਹਾਂ 'ਚ ਬੜੇ ਸੁੰਦਰ ਨਗ ਜਿਹੜੇ ਚਮਕਾਵੈ ਚਮਕ ਰਹੇ ਆ ਕੰਕਨ ਅੰਗਦ ਕੁੰਡਲ ਅਤੇ ਮੁੱਖਮੰਡਲ ਸੁੰਦਰ ਗੋਦਰ ਸਾਹਿਬ ਹੈ ਫਿਰ ਕੰਕਨ ਅੰਗਦ ਸੋਨੇ ਦੇ ਅੰਗਦ ਬੋਹਟੇ ਕੁੰਡਲ ਕੰਨਾਂ 'ਚ ਟੁੰਗਲ ਪਾਏ ਮੁੱਖ ਦੇ ਮੰਡਲ ਉਹ ਸੁੰਦਰ ਵਰਸਾਵੈ ਹੈ ਸੁੰਦਰਤਾ ਨੂੰ ਵਰਸਾ ਰਹੇ ਆ ਦਰਸਾ ਰਹੇ ਮਾਲ ਵਸਾਲ ਭਲੇ ਗੱਲ ਧਾਰ ਅਮੋਲ ਦੁਕੂਲ ਲਈਏ ਮਨ ਪਾਵੈ ਫਿਰ ਕਹਿੰਦੇ ਮਾਲਾ ਜਿਹੜੀਆਂ ਬਹੁਤ ਵੱਡੀਆਂ ਗਲ 'ਚ ਧਰੀਆਂ ਸੋਭਾ ਪਾ ਰਹੀਆਂ ਅਮੋਲਕ ਦੁਕੂਲ ਦੁਪੱਟੇ ਉਹ ਵੀ ਮਨ ਲਏ ਹੋਏ ਪਾਉਂਦੇ ਆ ਸੀਸਨ ਪੈ ਸਿਰ ਪੇਚ ਵਧਿਆ ਧਰਕੈ ਕਲਗੀ ਅਧਿਕਾ ਅਧਿਕਾਏ ਸੁਹਾਵੈ ਸਿਰ 'ਤੇ ਵਧੀਆਂ ਹੋਈਆਂ ਸਿਰ ਪੇਚ ਦਸਤਾਰਾਂ ਉਹ ਵੀ ਬੜੀਆਂ ਸੋਭਨੀ ਕਿਹਾ ਹਾਂ ਉਹ ਧਰ ਕੇ ਕਲਗੀ ਫਿਰ ਦਸਤਾਰਾਂ ਸੁੰਦਰ ਹੈ ਅਤੇ ਕਲਗੀ ਲਾਈ ਹੋਈ
ਅਧਗਾਵੇ ਬਹੁਤ ਸੋਭਨੀਕ ਹੋ ਰਹੀ ਹੈ। ਸੋ ਦੋਹਰਾ ਛੈਲ ਛਬੀਲੇ ਛਾਪਰੇ ਛਾਪ ਛਲੈਨ ਹਾਥ, ਉਹਦੇ ਛੈਲ ਛਬੀਲੇ ਬੰਗ ਕੇ ਨੌਜਵਾਨ ਹੈ ਨਾ, ਛੱਬ ਭਰੇ ਬੜੀ ਸੁੰਦਰਤਾ ਨਾਲ ਭਰੇ ਹੋਏ ਹੈ। ਛਾਪ ਛਲੈਨ ਹਾਥ, ਛਾਪਾਂ ਅਤੇ ਛੱਲੇ ਹੱਥਾਂ ਦੀਆਂ ਉਂਗਲਾਂ 'ਚ ਪਾਏ ਆ। ਸੱਜ ਸੱਜ ਬਾਹਾਂ ਨੇ ਆਪਣੇ ਭੈ ਬਰਾਤੀ ਸਾਥ, ਆਪੋ ਆਪਣੇ ਬਾਹਣ ਜਿਹੜੀਆਂ ਗੱਡੀਆਂ ਸੀ ਨਾ, ਕੁਝ ਸੱਜ ਸੱਜ ਕੇ ਸੱਜ ਤਜ ਕਰਕੇ ਉਹ ਬਰਾਤੀਆਂ ਦੇ ਨਾਲ ਜਾ ਰਹੇ ਹਨ। ਕਵਿਤ ਸਿੰਧਨ ਤੋਂ ਰੰਗ ਮਸਕਟ ਪੈ ਰੁੜੇ ਕਈ ਰਥਾਂ ਦੇ, ਕਈ ਘੋੜਿਆਂ 'ਤੇ, ਕਈ ਗੱਡਿਆਂ 'ਤੇ ਸਵਾਰ ਹੋ ਗਏ। ਜਰੀ ਸੰਗ ਜਰੇ ਰਾਜੇ ਆਰਨ ਉਹ ਸ਼ਾਰੇ ਹੀ, ਪੇਤੇਲੇ ਦੀਆਂ ਤਾਰਾਂ ਜਿਹੜੀਆਂ ਉਹ ਪ੍ਰਕਾਸ਼ਮਾਨ ਹੋ ਰਹੀਆਂ ਅਤੇ ਲਾਲ ਰੰਗ ਦੇ ਉਛਾੜ ਉਹ ਸੋਭਾ ਪਾ ਰਹੇ ਆ। ਆਰਨ ਮੈਨੇ ਲਾਲ ਅਤੇ ਬਾਰ ਬਧੂ ਬ੍ਰਿੰਦ ਸੰਗ ਗਮਨੀ ਉਮੰਗ ਮਨ ਅੰਗਨ ਸ਼ੰਗਾਰ ਕਹਿ ਅਨੰਗ ਮਨ ਟਾਰੇ ਹੀ। ਅਤੇ ਦੇਵੀਆਂ ਜਿਹੜੀਆਂ ਬਾਰ ਬਧੂ ਉਹਨਾਂ ਦਾ ਜਿਹੜਾ ਬ੍ਰਿੰਦ ਸਮੂਹ ਇਕੱਠ ਗਮਨੀ ਆ ਉਮੰਗ ਮਨ ਵਿੱਚ ਬੜਾ ਉਤਸ਼ਾਹ ਧਾਰ ਕੇ ਅੰਗਾਂ ਨੂੰ ਸ਼ਿੰਗਾਰ ਕੇ ਹੈਂ ਜਿਹੜਾ ਬਦਨ ਦੇਵਤਾ ਉਹਦਾ ਵੀ ਮਾਣ ਤੋੜ ਰਹੀਆਂ। ਬਾਦਤ ਵਜਾਨ ਹਾਰ ਕੌਤ ਕਰਨ ਹਾਰ ਭਾਰ ਕੇ ਉਚਾਨ ਹਾਰ ਹਥਿਆਰ ਪੇ ਅਪਾ ਰਹੀ। ਫਿਰ ਬਾਜੇ ਵਜਾਉਣ ਵਾਲੇ ਬਾਜੇ ਵਜਾ ਰਹੇ, ਕੌਤਕ ਤਮਾਸ਼ੇ ਗਨ ਤਮਾਸ਼ੇ ਦਿਖਾ ਰਹੇ। ਉਚਾਨ ਹਾਰ ਜਿਹੜੇ ਭਾਰ ਚੁੱਕਣ ਵਾਲੇ ਆ ਉਹ ਵੀ ਬੇਅੰਤ ਤਿਆਰ ਹੋ ਗਏ। ਧਰੇ ਹੈ ਤੁਖਾਰ ਪਰ ਦੀਰਘ ਦਮਾਮੇ ਬਹੁ ਸਾਜੇ ਸ਼ੁਭ ਰਾਜੇ ਬਾਜੇ ਡੰਗ ਕੇ ਅਖਬਾਰ ਹੀ। ਫਿਰ ਉਸ ਤੋਂ ਬਾਅਦ ਧਰੇ ਹੈ ਤੁਖਾਰ ਪਰ ਦਮਾਮੇ ਬਹੁ ਸਾਜੇ, ਤੁਖਾਰ ਜਿਹੜਾ ਊਠ ਆ ਬੜ ਬੜੇ ਦਮਾਮੇ ਨਗਾਰੇ ਉਹਨਾਂ 'ਤੇ ਸਜਾਏ ਹੋਏ। ਹਾਂਜੀ ਸ਼ੁਭ ਰਾਜਿਆਂ ਬਾਜਿਆਂ ਡੰਗ ਕੇ ਅਖਬਾਰ ਹੀ। ਅਤੇ ਜਦੋਂ ਇੱਕ ਵਾਰ ਨਗਾਰੇ 'ਤੇ ਉਹ ਚੋਟਾਂ ਵੱਜਦੀਆਂ ਇਕੱਠੇ ਹੀ ਵੱਜਦੇ ਆ, ਜਿਹੜੇ ਡਾਂਕੇ ਦੀ ਚੋਟ ਮਾਰਦੇ ਆ ਚੋਬਾਂ ਦੀ। ਦੋਹਰਾ ਬੇਦੀਨਗੀ ਪਰ ਸੁੰਦਰੀ ਮਦਨ ਮਦਰ ਸੁਰਗਾਏ, ਬੇਦੀਆਂ ਨੀਆਂ ਜਿਹੜੀਆਂ ਹਾਂਜੀ ਇਸਤਰੀਆਂ ਦੇਵੀਆਂ ਬੜੀ ਮਿੱਠੀ ਮਿੱਠੀ ਧੁਨ ਵਿੱਚ ਗੀਤ ਗਾ ਰਹੀਆਂ ਹਨ। ਔਰ ਸਰਸ ਹਰ ਖਰੂਰ ਵਿਖੇ ਮੁਰੀ ਵਰਾ ਚੜ੍ਹਾਏ, ਬਹੁਤ ਹੀ ਖੁਸ਼ੀ ਮਨ ਧਾਰ ਕੇ ਔਰ ਕਹਿੰਦੇ ਹਨ ਜਿਹੜੀ ਬਰਾਤ ਨੂੰ ਚੜ੍ਹਾ ਕੇ ਖੁਸ਼ ਹੋ ਰਹੀਆਂ ਉਹਨੂੰ ਹਿਰਦੇ 'ਚ ਬੜੀਆਂ ਖੁਸ਼ੀਆਂ ਆ ਗਈਆਂ, ਬਰਾਤ ਨੂੰ ਚੜ੍ਹਾ ਕੇ ਖੁਸ਼ ਹੋ ਰਹੀਆਂ। ਕਵਿਤ ਭੈ ਰੂੜ ਕਾਲੂ ਲੀਨੋ ਤਨ ਲਾਲੂ ਬਹੁ ਤਜੀ ਤਲਵੰਡੀ ਪਦ ਪੰਖ ਪੰਥ ਵਿਖੇ ਪਾਏ ਹੈ। ਫਿਰ ਮਹਿਤਾ ਸਾਹਿਬ ਜੀ ਆਪਣੇ ਘੋੜੇ 'ਤੇ ਸਵਾਰ ਹੋ ਗਏ ਅਤੇ ਚਾਚਾ ਲਾਲੂ ਜੀ ਉਹਨੇ ਵੀ ਧਨ ਕੋਲ ਲੈ ਲਿਆ। ਤਲਵੰਡੀ ਛੱਡ ਕੇ ਸੁਲਤਾਨਪੁਰ ਰਸਤੇ ਪੈ ਕਰਕੇ ਚੱਲ ਪਏ ਹਨ। ਲੀਨੋ ਤਨ ਰਾਮਾ ਸੁਤ ਕ੍ਰਿਸ਼ਨਾ ਸੁਨਾਮਾ ਜਿਹੇ ਧਰੇ ਔਰ ਚਾਹੇ ਸੁਲਤਾਨਪੁਰ ਧਾਏ ਹੈ। ਫਿਰ ਰਾਮੇ ਨੇ ਵੀ ਧਨ ਲੈ ਲਿਆ, ਉਹਦਾ ਪੁੱਤਰ ਕ੍ਰਿਸ਼ਨ। ਮਨ 'ਚ ਬੜੀਆਂ ਖੁਸ਼ੀਆਂ ਮਨਾਈਆਂ ਜਦੋਂ ਫਿਰ ਉਹ ਸਾਰੇ ਦੇ ਸਾਰੇ ਸ਼੍ਰੀ ਸੁਲਤਾਨਪੁਰ ਦੇ ਰਾਹ ਧਾਏ ਤੁਰ ਪਏ ਹਨ। ਸਵੇ ਦਿਨ ਜਾਹੀਂ ਚੱਲੇ ਡੇਰਾ ਰਹਿਣ ਮਾਹੇ, ਬੇਦ ਐਸੀ ਚਲਤ ਧਾਮ ਨਾਨਕੀ ਕੇ ਆਏ ਹੈ। ਫਿਰ ਸਾਰਾ ਦਿਨ ਚੱਲੀ ਜਾਂਦੇ ਹੈ, ਰਾਤ ਨੂੰ ਰਾਹ 'ਚ ਕਿਤੇ ਡੇਰਾ ਕਰ ਲੈਂਦੇ। ਚੱਲਦੇ ਚੱਲਦੇ ਫਿਰ ਉਹ ਧੰਨ ਸ਼੍ਰੀ ਬੇਬੇ ਨਾਨਕੀ ਦੇ ਘਰ ਪਹੁੰਚ ਗਏ ਹਨ। ਆਨੰਦ ਉਦਨ ਮਿਲ ਕੇਲ ਕਰੇ ਮੀਨ ਜੇਬ ਨਾਨਕ ਸਪੂਤ ਪੈ ਪਏ ਮਨ ਪਾਏ ਹੈ। ਫਿਰ ਮੱਛੀ ਵਾਂਗ ਆਨੰਦ ਦੇ ਸਮੁੰਦਰ ਕੌਣ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਸੱਚੇ ਪਾਹ ਮਿਲ ਮਿਲਾ ਕੇ ਸਾਰੇ ਆਪਣੇ ਮਨਾਂ 'ਚ ਬੜੇ ਖੁਸ਼ ਹੋਏ ਹਨ। ਆਣ ਕੇ ਜੈ ਰਾਮ ਸਨਮਾਨ ਕੀ ਨੂੰ ਸਭਨ ਕੋ ਜਥਾ ਯੋਗ ਥਾਨ ਦੀ ਨੂੰ ਡੇਰਾ ਕਰਵਾਏ ਕਹਿ। ਫਿਰ ਆ ਕਰਕੇ ਭਾਈ ਜੈ ਰਾਮ ਜੀ ਨੇ ਸਾਰਿਆਂ ਦਾ ਬੜਾ ਸਤਿਕਾਰ ਕੀਤਾ, ਜਥਾ ਯੋਗ ਸਥਾਨ ਦਿੱਤਾ, ਡੇਰਾ ਕਰਾਇਆ। ਤਨੀਆਂ ਨਿਕਟ ਜਾਏ ਮਿਲਿਓ ਕਾਲੂ ਪਾਏ ਸੁਖ, ਦਇਓ ਮਦਰਾਨੇ ਕੋ ਦਾਸ ਤੇ ਮੰਗਾਏ ਕਹਿ। ਫਿਰ ਕੀ ਹੋਇਆ, ਬਾਬਾ ਮਹਿਤਾ ਜੀ ਆਪਣੀ ਸਪੁੱਤਰੀ ਸ਼੍ਰੀ ਨਾਨਕੀ ਜੀ ਦੇ ਕੋਲ ਜਾ ਕੇ ਸੁੱਖ ਨਾ ਮਿਲੇ ਅਤੇ ਨੌਕਰ ਨੂੰ ਮਠਿਆਈ ਮੰਗਵਾ ਕੇ ਦਿੱਤੀ ਹੈ। ਸਭ ਹੀ ਸੰਭਾਰਨ ਸੰਭਾਰ ਬੰਦ ਬੰਦ ਭਾਰ ਤਾਰੇ ਸਕਟਨ ਸਭ ਉੱਪਰ ਦੇ ਲਿਆਏ ਕਹਿ। ਫਿਰ ਸਾਰਿਆਂ ਨੇ ਆਪੋ ਆਪਣਾ ਜਿਹੜਾ ਸਾਜੋ ਸਮਾਨ ਸੰਭਾਲ ਸੀ ਬੰਨ ਬੰਨ ਕੇ ਰੱਖ ਲਿਆ। ਉਹ ਸਾਰੀਆਂ ਜਿਹੜੀਆਂ ਪੰਡਾਂ ਸੀ ਉਹ ਗੱਡਿਆਂ ਦੇ ਉੱਤਰ ਧਰ ਧਰਾ ਲਈਆਂ। ਪਰਮਾਂ ਨੂੰ ਮਿਲਿਓ ਕੀਨ ਪਸ਼ੂ ਨੂੰ ਕੁਛ ਭਲੇ ਹੇਰ ਕਹਿ, ਬਰਾਤ ਹੋ ਰਹੇ ਉਹ ਸਰਖਾਏ ਗਏ। ਫਿਰ ਪਰਮਾਨੰਦ ਭਾਜਿਆ ਜਾ ਰਾਮ ਦੇ ਜਿਹੜੇ ਸਤਿਕਾਰ ਵੀ ਪਤਾ ਹੀ ਮਿਲੇ, ਸਾਰਿਆਂ ਦਾ ਹਾਲ ਅਹਿਵਾਲ ਪੁੱਛਿਆ, ਸਾਰਿਆਂ ਨੂੰ ਠੀਕ ਠਾਕ ਦੇਖ ਕੇ ਬੜੇ ਪ੍ਰਸੰਨ ਹੋਏ ਹਨ। ਸੁਰਨ ਸੁਖ ਕੰਧ ਸੁਣ ਆਏ ਜਗ ਬੰਦ ਪੁਨ, ਦੋ ਘਰ ਬੰਦ ਪਦ ਬੰਦੇ ਸੀ ਸੁਣਾਇਓ ਹੈ। ਫਿਰ ਸੁਖਾਂ ਦੇ ਦਾਤੇ ਭਾਵ ਕੌਣ, ਸ਼੍ਰੀ ਗੁਰੂ ਜਿਹੜੇ ਸੰਸਾਰ ਬੰਧਨ ਕੱਟਣ ਵਾਲੇ ਆ, ਜਦੋਂ ਉਹਨੇ ਆਪਣੇ ਕੰਨਾਂ ਨਾਲ ਸੁਣਿਆ ਉੱਥੇ ਆਏ।
ਅਤੇ ਦੋਵੇਂ ਹੱਥ ਜੋੜ ਕੇ ਸਿਰ ਝੁਕਾਇਆ। ਕਾਲੂ ਨੇ ਉਤਾਰ ਲੀਨ ਅੰਕਿਤ ਨਾਲ ਭੈਉ ਪ੍ਰੀਤ ਮੈਂ ਵਿਸਾਲ ਨਿੱਜ ਗਰੇ ਸੋ ਲਗਾਇਆ ਹੈ। ਫਿਰ ਮਹਿਤਾ ਜੀ ਨੇ ਉਹਨੂੰ ਆਪਣੇ ਹੈਂਜੀ ਛਾਤੀ ਨਾਲ ਲਾ ਲਿਆ ਔਰ ਬੜੇ ਪਿਆਰ ਨਾਲ ਗਲ ਨਾਲ ਲਾ ਲਿਆ ਹੈ। ਬੜਾ ਗੋਦ ਵਿੱਚ ਲੈ ਕੇ ਕਾਲੂ ਨੇ ਉਤਾਰ ਲੀਨ ਛੇਤੀ ਹੀ ਅੰਕ ਹਿੱਤ ਨਾਲ ਆਪਣੇ ਹਿਰਦੇ ਨਾਲ ਲਾ ਲਿਆ। ਭੈਉ ਪ੍ਰੀਤ ਮੈਂ ਵਿਸਾਲ ਨਿੱਜ ਗਰੇ ਬੜ ਪ੍ਰੀਤੀ ਨਾਲ ਫਿਰ ਗਲ ਪੱਪੜੀ ਪਾ ਕੇ ਗਲ ਨਾਲ ਲਾ ਲਿਆ। ਬੇਦੀ ਸਭ ਔਰ ਭਰੇ ਪ੍ਰੇਮ ਜੇਠ ਔਰ ਮਿਲੇ ਭਰ ਭਰ ਕੌਰ ਔਰ ਭਾਰੀ ਸੁਖ ਪਾਇਓ ਹੈ ਹਾਰੇ ਬੇਦੀ ਅਤੇ ਜਿਹੜੇ ਹੈਗੇ ਔਰ ਭਰੇ ਪ੍ਰੇਮ ਅਤੇ ਇਹ ਪ੍ਰੇਮ ਨਾਲ ਭਰੇ ਹੋਏ ਠੌਰ ਮਿਲੇ ਭਰ ਭਰ ਹਾਂਜੀ ਉਸ ਜਗ੍ਹਾ ਇੱਕ ਦੂਜੇ ਨੂੰ ਜੱਫੀਆਂ ਪਾ ਪਾ ਕੇ ਕੌਰ ਹੋਰ ਭਾਰੀ ਸੁੱਖ ਪਾਇਓ ਹੈ ਉਹ ਬੇਦੀ ਮਿਲੇ ਅਤੇ ਫਿਰ ਇਸ ਤਰ੍ਹਾਂ ਸਾਰੇ ਮਿਲ ਕੇ ਕੌਰ ਹੁੰਦਾ ਜੱਫੀ ਪਾ ਕੇ ਮਿਲਣਾ ਬੜਾ ਸੁੱਖ ਉਹਨਾਂ ਨੇ ਪਾਇਆ ਹੈ। ਸੁੰਦਰ ਕਿਸ਼ੋਰ ਲਖੇ ਬਾਂਸਰ ਮੌਰ ਨਿਜ ਦੌਰ ਦੌਰ ਸਾਰੇ ਜਸ ਦੇਸ ਦੇਸ ਛਾਇਓ ਹੈ। ਫਿਰ ਕਵੀ ਜੀ ਦੱਸ ਰਿਹਾ ਕਿ ਭਾਈ ਬਾਲਾ ਜੀ ਇਸ ਤਰ੍ਹਾਂ ਕਹਿ ਰਹੇ ਹੈ ਕਿ ਸੁੰਦਰ ਕਿਸ਼ੋਰ ਲਖੇ ਬਾਂਸਰ ਮੌਰ ਨਿਜ ਫਿਰ ਆ ਕੇ ਉਹ ਬੇਦੀ ਜਿਹੜੇ ਆ ਮਿਲੇ ਆ ਗੁਰੂ ਨੂੰ ਮਿਲ ਕੇ ਬਹੁਤ ਸੁਖੀ ਹੋਏ ਆ ਹਾਂਜੀ ਸੁੰਦਰ ਕਿਸ਼ੋਰ ਲਖੇ ਬਾਂਸਰ ਮੌਰ ਨਿਜ ਫਿਰ ਬੇਦੀਆਂ ਦੇ ਸ਼੍ਰੋਮਣੀ ਕੁਲ ਦੇ ਵਿੱਚ ਸਾਰਿਆਂ ਤੋਂ ਸੁੰਦਰ ਸ਼ੈਲ ਛਵੀਲੇ ਹਾਂਜੀ ਸੁੰਦਰ ਜਵਾਨ ਸੀ ਨਿਜ ਜਿਹੜੇ ਆਪਣੇ ਦੌੜ ਦੌੜ ਜਾਂ ਕੋ ਜਸ ਦੇਸ਼ ਦੇ ਛਾਇਓ ਜਿਨ੍ਹਾਂ ਦਾ ਜਸ ਦੂਰ ਦੂਰ ਫੈਲਿਆ ਹੋਇਆ ਹੈ ਉਹ ਦੌੜ ਦੌੜ ਜਾ ਕੇ ਮਿਲੇ ਆ ਅਤੇ ਸਾਰਿਆਂ ਦਾ ਜਸ ਬੜਾ ਛਾਇਆ ਹੋਇਆ ਹੈ। ਜਿਹੜੇ ਕਿਸ਼ੋਰ ਉਮਰ ਦੇ ਨੌਜਵਾਨ ਬੇਦੀਆਂ ਦੇ ਸਰਮੌਰ ਬੜੇ ਸੁੰਦਰ ਸਰੂਪ ਹੈਂਜੀ ਨਿਜ ਆਪੋ ਆਪਣੇ ਦੌੜ ਦੌੜ ਜਾ ਕੇ ਮਿਲੇ ਆ ਜਿਨ੍ਹਾਂ ਜਸ ਸਾਰੇ ਛਾਇਆ ਹੋਇਆ ਦੌਰਾਂ ਕਮਲਿਆਂ ਨੂੰ ਕੋ ਧੰਨ ਜਿੱਤੋ ਦਿਨੋ ਕਾਲੂ ਹਾਥ ਗੁਰੂ ਮਹਾਰਾਜ ਦਾ ਜਿੰਨਾ ਧੰਨ ਸੀ ਨਾ ਉਹ ਭਾਈਆ ਜੀ ਕੋਲ ਪਿਆ ਸੀ ਉਹਨਾਂ ਨੇ ਸਾਰਾ ਲਿਆ ਕੇ ਹਾਂਜੀ ਫਿਰ ਜੈਰਾਮ ਜੀ ਨੇ ਮਹਿਤਾ ਕਲਿਆਣ ਚੰਦਰ ਜੀ ਨੂੰ ਦੇ ਦਿੱਤਾ ਕਹੀ ਜੈਰਾਮ ਸੁਣਾਏ ਪੋਨੋ ਸਭ ਲੈ ਕੇ ਗਿਆ ਫਿਰ ਬਾਬਾ ਮਹਿਤਾ ਕਲਿਆਣ ਚੰਦਰ ਨੂੰ ਭਾਈ ਜੈਰਾਮ ਲੇਖ ਕੇ ਦੀ ਸਾਰੀ ਕਹਾਣੀ ਸੁਣਾਈ ਹੈ ਸੋਲਟਾ ਉਰਦਾ ਰੰਗ ਵਿਸਾਲ ਕਾਲੂ ਬੋਲਿਓ ਬਚਨ ਦਾ ਮਨ 'ਚ ਬੜਾ ਖੁਸ਼ ਹੋਇਆ ਅਤੇ ਬਚਨ ਬੋਲੇ ਖਰਚਣ ਗੁਆ ਵਕਾਲ ਭਲਾ ਪਿਆ ਉਹਦਾ ਅਨੁਭਵ ਕਰਿਓ ਹੁਣ ਖਰਚਣ ਦਾ ਕਹਿੰਦੇ ਚੰਗਾ ਸਮਾਂ ਬਹੁਤ ਧਨ ਪੈਦਾ ਕੀਤਾ ਹੈ ਬੜਾ ਧਨ ਇਕੱਠਾ ਕੀਤਾ ਚੰਗਾ ਹੋ ਗਿਆ ਔਰ ਪੇ ਬਿਨਾਂ ਜਾਣ ਏਕ ਦਰਬ ਕੀ ਲਾਲਸ ਅਸਲੀ ਭੇਦ ਤਾਂ ਜਾਣਦਾ ਨਹੀਂ ਇੱਕ ਧਨ ਦੀ ਬਸ ਇੱਛਾ ਰਹਿੰਦੀ ਜੋ ਨਾ ਕਰੇ ਪਹਿਚਾਣ ਕਰਤਾ ਹਰਤਾ ਜਾਊ ਇਸ ਗੱਲ ਦੀ ਪਛਾਣ ਨਹੀਂ ਕਰਦੇ ਫਿਰ ਗੁਰੂ ਮਹਾਰਾਜ ਤਾਂ ਜਾਗਦੇ ਹਰਤੇ ਕਰਦੇ ਆ ਭੇਤ ਨਾਨਾ ਦੇ ਭੋਜਨ ਕਰਾਏ ਗਏ ਜਮਾਏ ਨਾਲ ਬੰਦਾ ਕੀ ਪਾਉਂਦੇ ਵਸਾਏ ਹਿੱਤ ਖਾਣ ਕੋ ਫਿਰ ਪੁਰਸ਼ਾਂ ਨੂੰ ਕਈ ਤਰ੍ਹਾਂ ਦੇ ਭੋਜਨ ਭਾਜਨ ਖਚਵਾ ਕੇ ਫਿਰ ਜਿਹੜੀਆਂ ਦੇਵੀਆਂ ਸੀ ਬਨਤਾ ਉਹਨਾਂ ਨੂੰ ਵੀ ਪਾਨਤਾ ਪੰਗਤੀਆਂ ਬਿਠਾ ਕੇ ਖਾਣ ਵਾਸਤੇ ਬਹਾਲ ਦਿੱਤਾ ਔਰ ਜੇ ਹੈ ਊਚਨੀ ਸਭ ਕੋ ਆਹਾਰ ਦੀਨੇ ਨੀਕੋ ਭਗਵਾਨ ਖਾਣ ਕਿੰਨੇ ਸੁੱਖ ਮਾਨ ਕੇ ਫਿਰ ਕੀ ਹੋਇਆ ਹੋਰ ਜਿੰਨੇ ਊਚਨੀ ਸਾਰਿਆਂ ਨੂੰ ਭੋਜਨ ਦਿੱਤਾ ਨੀਕੇ ਚੰਗੇ ਭਗਵਾਨ ਹੈਂ ਖਾਣ ਕੀਤੇ ਖਾਣ ਕਿਤੇ ਬੜਾ ਸੁੱਖ ਮਾਨ ਕੇ ਛਕਾ ਛਕਾਇਆ ਭਟਾਰਾ ਚਤਰਵਰਨ ਕੇਰੇ ਘਰ ਨਰਨ ਫੇਰੇ ਤੂਰਨ ਨਰਨ ਪਰੇਰੇ ਕਾਲੂ ਰੰਗ ਰੰਗ ਰਾਨ ਕੇ ਫਿਰ ਸਾਰਿਆਂ ਸੁੱਖ ਮਨ ਕੇ ਭੋਜਨ ਛਕਿਆ ਛਕਾਇਆ ਜਿੰਨੇ ਵੀ ਹੋਰ ਜਾਤਾਂ ਦੇ ਲੋਕ ਸੀ ਘਰਾਂ ਘਰਾਂ ਨੌਕਰਾਂ ਨੂੰ ਭੇਜਿਆ ਜਿਵੇਂ ਨਿੰਦਾ ਦੇਣ ਫਿਰ ਜਿੰਨੇ ਗਰੀਬ ਅਮੀਰ ਸੀ ਉਹ ਖਾਣ ਵਾਸਤੇ ਬੁਲਾ ਲਿਆ ਅਤੇ ਉਹਨਾਂ ਨੂੰ ਬੁਲਾ ਕੇ ਲਿਆਓ ਭਾਈ ਸਭ ਨੂੰ ਦਵਾਇਓ ਉਤਸ਼ਾਹ ਕੋ ਬਿਠਾਇਓ ਅਤ ਬੜੋ ਜਾਂ ਉਤਸ਼ਾਹ ਬੀਜਪੁਰ ਸੁਲਤਾਨ ਕੇ ਫਿਰ ਤੂਰਨ ਛੇਤੀ ਉਹ ਜਿਹੜੇ ਪੁਰਸ਼ ਪ੍ਰੇਰੇ ਹੋਏ ਮਹਿਤਾ ਜੀ ਦੇ ਹਾਂਜੀ ਕੰਗਾਲ ਅਤੇ ਆਣ ਕੇ ਜਿਹੜੇ ਅਮੀਰ ਸੀ ਸਾਰੇ ਆਏ ਹੈ ਸਭ ਨੂੰ ਦਵਾਇਆ ਉਤਸ਼ਾਹ ਗੁੱਡ ਸਾਰਿਆਂ ਨੂੰ ਦਵਾਇਆ ਭੋਜਨ ਬੜਾ ਉਤਸ਼ਾਹ ਵਧਿਆ ਅੱਤ ਬਹੁਤ ਹੀ ਬੜੋ ਉਤਸ਼ਾਹ ਛਾਇਆ ਬੀਜਪੁਰ ਸੁਲਤਾਨ ਬੜਾ ਭਾਰੀ ਜਸ ਛਾਇਆ ਹੈ ਦੋ ਰਾਬਰਿਆਂ ਦੇ ਮਦਰ ਭਗਵਾਨ ਕੋ ਸੀ ਸੁਨੰਤਰ ਵਾਏ ਬਹੁਤ ਮਿੱਠੇ ਜਿਹੜੇ ਭਗਵਾਨ ਸੀ ਉਹ ਬੰਦਿਆਂ ਦੇ ਸਿਰਾਂ 'ਤੇ ਰਖਾ ਕੇ ਦੌਲਤ ਖਾਂ ਨਿਰਪਾਲ ਕੋ ਦੀਨ ਜੈਰਾਮ ਸੋ ਜਾਏ ਭਾਜਾ ਨੇ ਨਵਾਬ ਜਿਹੜਾ ਦੌਲਤ ਖਾਂ ਸੀ ਦੇਣ ਵਾਸਤੇ ਉਹਨਾਂ ਦੇ ਘਰ ਵਿੱਚ ਵੀ ਗਏ ਉਲਠਾ ਲਖਨੰਦ ਕੋ ਬਰਿੰਦਾ ਬੰਦੇ ਉਹ ਨਿਰੰਦ ਕੋ ਬਦਨ ਅਤੇ ਇਹਨਾਂ ਲਿਖਣ ਦੇਖ ਕੇ ਨਵਾਬ ਮੁਖ ਤੋਂ ਕਹਿਣ ਲੱਗਾ ਬਸ ਬੁਲੰਦ ਛੰਦ ਮੋਹੇ ਨਰਨ 'ਤੇ ਜਾ ਚਲੇ ਹੋ ਕਹਿੰਦੇ ਜੇ ਕਿਸੇ ਵਸਤੂ ਦੀ ਲੋੜ ਹੋਵੇ ਨਾ ਸੁਛੰਦ ਤੁਸੀਂ ਸੁਤੰਤਰ ਆ ਹਾਂਜੀ ਮੋਹੇ ਨਰਨ 'ਤੇ ਜਾ ਚਲੋ ਮੇਰੇ ਬੰਦਿਆਂ ਤੋਂ ਤੁਸੀਂ ਉਹ ਵਸਤੂ ਵੱਡੀ ਤੋਂ ਵੱਡੀ ਜਿਸ ਚੀਜ਼ ਦੀ ਲੋੜ ਹੋਵੇ ਉਹ ਤੁਸੀਂ ਲੈ ਲੈਣੀ ਕਵਿਤ ਬੋਲੇ ਉਹਨੇ ਐਨ ਅਰਬਿੰਦ ਸਮਨੈਨ ਲੋਨੇ
ਜਾਂ ਕਿ ਅਵਲੋਕ ਕੌਣੇ ਮੈਨ ਬਿਨ ਮੰਨ ਕੇ ਫਿਰ ਕਹਿੰਦੇ ਹਨ ਜਾਂ ਇਸਤਰੀਆਂ ਨੇ ਉਹ ਜਿਹੜੇ ਗੁਣਵਾਨ ਗੁਣਾਂ ਦੇ ਐਨ ਘਰ ਅਰਵਿੰਦ ਸਮ ਕਮਲ ਨੈਣ ਜਿਨ੍ਹਾਂ ਦੇ ਨੇਤਰਾਂ ਦੇ ਲੋਨੇ ਲੋਨੇ ਮੈਨੇ ਕੋਨੇ ਦੇਖ ਕੇ ਅਵਲੋਕ ਮੈਨੂੰ ਦੇਖ ਕੇ ਕੋਨੇ ਮੈਨ ਬਿਨ ਮੰਨ ਕੇ ਜਿਹੜਾ ਕਾਮਦੇਵ ਸੁੰਦਰਤਾ ਦੇਵਤਾ ਉਹਦਾ ਵੀ ਹੰਕਾਰ ਟੁੱਟ ਜਾ ਬੁਲਾਇਆ ਭਾਉਣ ਮੈਂ ਵਸਾਏ ਤਨ ਸਾਧਨ ਮਿਲਾਏ ਸੁਧ ਗਾਏ ਗੀਤ ਅੰਗਨਾ ਬਣਾਏ ਮੈਂ ਬੈਨ ਮੰਨ ਕੇ ਫਿਰ ਘਰ 'ਚ ਬਿਠਾ ਕਰਕੇ ਭਾਉਣ ਮੈਨੇ ਘਰ ਤਨ ਸਾਧਨ ਮਿਲਾਏ ਸਰੀਰ ਨੂੰ ਹਾਂਜੀ ਸਾਧਨ ਮੈਨੇ ਜਿਹੜਾ ਬਟਨਾ ਮਿਲਿਆ ਸ਼ੁਭ ਗਾਏ ਗੀਤ ਅੰਗਨਾ ਬਣਾਏ ਬੈਨ ਮੰਨ ਕੇ ਫਿਰ ਉਹ ਜਿਹੜੀਆਂ ਅੰਗਨਾ ਦੇਵੀਆਂ ਸੀ ਮਾਣ ਦੇ ਨਾਲ ਵਿਹੜੇ ਦੇ ਵਿੱਚ ਅੰਗਨ ਵਿਹੜਾ ਸੁੰਦਰ ਗੀਤ ਗਾਏ ਹਨ ਵੱਡੀ ਵੱਡ ਭਾਗਨ ਸੁਹਾਗਨ ਸਭ ਤੋਂ ਮਿਲ ਅੰਗਨ ਬਲਤ ਵੇਲੇ ਬੇਦੀ ਫੁੱਲ ਭੰਨ ਕੇ ਵੱਡੀਆਂ ਜਿਹੜੀਆਂ ਵੱਡ ਭਾਗਨ ਸੁਹਾਗਨ ਉਹ ਅੰਗਨ ਵਿਹੜੇ 'ਚ ਬੈਠ ਕੇ ਅੰਗਾਂ ਨੂੰ ਬਟਨਾ ਮਲ ਰਹੀਆਂ ਬੇਦੀ ਦੇ ਕੋਲ ਸੂਰਜ ਭਾਵ ਸਤਿਗੁਰੂ ਜੀ ਨੂੰ ਬਟਨਾ ਮਲ ਰਹੀਆਂ ਹਨ ਕੁੱਲ ਭਾਨ ਕੁੱਲ ਦੇ ਜਿਹੜੇ ਸੂਰਜ ਹਨ ਨਵਾਨ ਪੁੰਨ ਕੀਨੋ ਉਹ ਦਿਨ ਕੋ ਦਾਨ ਦਿਨੋਂ ਆਸਨ ਅਸੀਨੇ ਕੁਰਬਾਨ ਸੁੱਖ ਦਾਨ ਕੇ ਫਿਰ ਇਸ ਪ੍ਰਕਾਰ ਇਸ ਤੋਂ ਉਪਰੰਤ ਸ਼੍ਰੀ ਗੁਰੂ ਜੀ ਦਾ ਇਸ਼ਨਾਨ ਕਰਾਇਆ ਗਰੀਬਾਂ ਨੂੰ ਬੜਾ ਦਾਨ ਦਿੱਤਾ ਗਿਆ ਦਿਨ ਆਸਨ ਅਸੀਨੇ ਗੁਰੂ ਜੀ ਆਸਨ ਦੇ ਅਸੀਨੇ ਬਰਾਜੇ ਕੁਰਬਾਨ ਸੁੱਖ ਦਾਨ ਕੇ ਸੁਖਨ ਦਾਤੇ ਤੋਂ ਭਾਈ ਬਾਲਾ ਸਾਹਿਬ ਕਹਿੰਦੇ ਕੁਰਬਾਨ ਜਾਂਦੇ ਹਾਂ ਸੋਈਆ ਸੁਰਤ ਪੀਰ ਦੇ ਕੁਲ ਤਰੇ ਸ਼ੁਭ ਹਾਥ ਬਣਾ ਜਿਨ ਕੇ ਕੰਗਣ ਪੀਲਾ ਪੀਤ ਮੈਨੂੰ ਪੀਲਾ ਦੁਕੁਲ ਦੁਪੱਟਾ ਧਰਿਆ ਹੋਇਆ ਸ਼ੁਭ ਹਾਂਜੀ ਪੀਲਾ ਬਟਾ ਸੋਭ ਰਿਹਾ ਸ਼ੁਭ ਹੱਥਾਂ ਦੇ ਕੰਗਣ ਪਹਿਰੇ ਹੋਏ ਉਹ ਵੀ ਸੁਭਾਇਮਾਨ ਹੋ ਰਹੇ ਹਨ ਭੂਖਨ ਭੂਖਤ ਹੈ ਤਨ ਮੈਂ ਕਰ ਛਾਪ ਚਲਾਇਨ ਸੋ ਰੰਗਣਾ ਫਿਰ ਸੁੰਦਰ ਗਹਿਣੇ ਸਰੀਰ 'ਤੇ ਬੜੇ ਸੱਜ ਫਵ ਰਹੇ ਔਰ ਹੱਥਾਂ ਦੀਆਂ ਜਿਹੜੀਆਂ ਉਂਗਲੀਆਂ ਉਹ ਮੁੰਦਰੀਆਂ ਛਾਪਾਂ ਛੱਲਿਆਂ ਦੇ ਨਾਲ ਸੱਜ ਰਹੀਆਂ ਹਨ ਰੰਗਾਂ ਰੰਗਾਂ ਦੀਆਂ ਹਾਂਜੀ ਸੀਸ ਵਧਾ ਸਰਪੇਜ ਫਵੈ ਸ਼ਬ ਚਾਰ ਬਲੋਕਤ ਹੈ ਅੰਗਣਾ ਸੀਸ ਉੱਤੇ ਸਰਪੇਜ ਦਸਤਾਰ ਬੰਨੀ ਬੜੀ ਫੱਬ ਰਹੀ ਹੈ ਉਹਦੀ ਬੜੀ ਚਾਰੂ ਸੁੰਦਰ ਸੋਭਾ ਹੈ ਔਰ ਬੜੀ ਫੱਬ ਰਹੀ ਹੈ ਬਲੋਕਤ ਹੈ ਅੰਗਣਾ ਸਾਰੀਆਂ ਅੰਗਣਾ ਦੇਵੀਆਂ ਖੜੀਆਂ ਹੋਈਆਂ ਵਿਹੜੇ 'ਚ ਦੇਖ ਰਹੀਆਂ ਹਨ ਰੁੰਮ ਕੰਧ ਆਨੰਦ ਕੇ ਕੰਧ ਬਣਿਓ ਮੁੱਖ ਚੰਦ ਉਪਲੰਘ ਬਿਨਾ ਫਿਰ ਮੁਕਤੀ ਦੇ ਦਾਤੇ ਪਾਤਸ਼ਾਹ ਗਰੀਬ ਨਿਵਾਜ ਜੀ ਬੜੇ ਆਨੰਦ ਦੇ ਦਾਤੇ ਹੈ ਉਹਨਾਂ ਦਾ ਮਖਾਰਵਿੰਦ ਕਲੰਕ ਤੋਂ ਰਹਿਤ ਚੰਦਰਮਾ ਬੜਾ ਸੋਭਾ ਸਹਿਤ ਲੱਗ ਰਿਹਾ ਹੈ ਭਰੀ ਸੁੰਦਰਤਾ ਉਹ ਅਸੀਸ ਕਰੀਟ ਸੁਹਾਵਤ ਲਾਲ ਚੁਨੀ ਸੋਹਰੀ ਸਿਰ 'ਤੇ ਸੁੰਦਰ ਮੁਕਟ ਜਿਹੜਾ ਉਹ ਵੀ ਸੁਭਾਵਨ ਹੋ ਰਿਹਾ ਲਾਲ ਪੰਨੇ ਔਰ ਸੋਹਣੇ ਜਿਹੜੇ ਹੀਰੇ ਆ ਉਹ ਵੀ ਚਮਕ ਦਮਕ ਮਾਰ ਰਹੇ ਹਨ ਲਾਲ ਚੁਨੀ ਚੁਨੀ ਮੈਨੇ ਜਿਹੜੇ ਹੀਰੇ ਆ ਹਾਂਜੀ ਉਹ ਵੀ ਚਮਕ ਦਮਕ ਮਾਰ ਰਹੇ ਆ ਹਰੇ ਹਰੇ ਕੋਈ ਲਾਲ ਆ ਕੋਈ ਹਰੇ ਹਰੀ ਲੋਕਨ ਬੁੱਧ ਬਲੋਕਤ ਆਨਨ ਲੋਚਨ ਡੀਠ ਕਹੂੰ ਨਾ ਟਰੀ ਫਿਰ ਕਹਿੰਦੇ ਕਹਿੰਦੇ ਹੈ ਜਾਂ ਹਰੀ ਮੈਨੇ ਅਗਲਿਆਂ ਦੇ ਮਨ ਨੂੰ ਹਰ ਰਹੀ ਹੈ ਕਰਸ਼ਨ ਕਰ ਰਹੀ ਹਰੀ ਲੋਕਨ ਬੁੱਧ ਬਲੋਕਨ ਆਨਨ ਲੋਚਨ ਡੀਠ ਕਹੂੰ ਨਾ ਟਰੀ ਸਤਿਗੁਰੂ ਦੀ ਜਿਹੜੀ ਸੁੰਦਰਤਾ ਹੈ ਉਹ ਦੇਖ ਕੇ ਲੋਕ ਆਪਣੀ ਜਿਹੜੀ ਸੁੱਧ ਬੁੱਧ ਆ ਹਾਂਜੀ ਉਹ ਬੁੱਧੀ ਨੂੰ ਉਹ ਬੈਠੇ ਆ ਲੋਚਨ ਡੀਠ ਕਹੂੰ ਨਾ ਟਰੀ ਹਾਂਜੀ ਇਸ ਤਰ੍ਹਾਂ ਕਹਿੰਦੇ ਐਸੀ ਟਿਕਟਿਕੀ ਲੱਗੀ ਹੋਈ ਹੈ ਕਿਸੇ ਦੀ ਨਜ਼ਰ ਜਿਹੜੀ ਹੈ ਨਾ ਉਹ ਗੁਰੂ ਮਹਾਰਾਜ ਦੇ ਡੀਠ ਮੈਨੂੰ ਨਜ਼ਰ ਟਲਦੀ ਨਹੀਂ ਮਹਾਰਾਜ ਨੂੰ ਦੇਖਦੇ ਰਹੀਏ ਟਰੀ ਆਪ ਤਾਂ ਨਰ ਕੀ ਸਗਰੀ ਜਿਨ ਮੂਰੋ ਸੋ ਪਰਮਾਏ ਧਰੀ ਫਿਰ ਕਹਿੰਦੇ ਉਹਨਾਂ ਪੁਰਖਾਂ ਦੀਆਂ ਸਾਰੀਆਂ ਆਪਦ ਮੈਨੂੰ ਬਿਪਤਾ ਟਲ ਜਾਣੀਆਂ ਜਿਨ ਮੂਰਤ ਸੋ ਉਰਮਹੇ ਧਰੀ ਜਿਨ੍ਹਾਂ ਨੇ ਸਤਿਗੁਰੂ ਦੇ ਸਰੂਪ ਨੂੰ ਆਪਣੇ ਮਨ ਵਿੱਚ ਇੱਕ ਵਾਰੀ ਧਾਰ ਲਿਆ ਧਰੀ ਅੰਗਨ ਮੈਂ ਸੁਖਮਾ ਸੁਖ ਕੀ ਜਾਂ ਕੋਮਲਤਾ ਵਿੱਚ ਬੀਜ ਭਰੀ ਸਤਿਗੁਰੂ ਅੰਗਾਂ ਵਿੱਚ ਸੁੱਖਾਂ ਦੀ ਸੋਭਾ ਬੜੀ ਭਰੀ ਹੋਈ ਹੈ ਔਰ ਉਹਨਾਂ ਦੇ ਬਚਨਾਂ ਵਿੱਚ ਸੰਸਾਰ ਦੇ ਭਲੇ ਦੀ ਕੋਮਲਤਾ ਵੀ ਭਰੀ ਹੋਈ ਹੈ ਬਚ ਮੈਨੇ ਬਚਨ ਛੋਟੇ ਨਿਸ਼ਾਨ ਧਰੇ ਦਰਵਾਜ਼ ਆਵਾ ਜਾਵਾ ਲੇਤਾ ਕੋਈ ਕਈ ਛੋਟੇ ਨਿਸ਼ਾਨ ਧਰੇ ਦਰਵਾਜ਼ ਦਰਵਾਜ਼ੇ ਤਾਂ ਰੱਖ ਕੇ ਵੱਜ ਵਜਾ ਰਹੇ ਆਉਂਦਿਆਂ ਜਾਂਦਿਆਂ ਲੇਤ ਹੈ ਕਈ ਅਤੇ ਮੰਗਤੇ ਆਉਂਦੇ ਜਾਂਦੇ ਆ ਅਤੇ ਦਾਨ ਲੈ ਰਹੇ ਹਨ ਬਹੁਤ ਤਾਤ ਕਮਾਈ ਵਾਲੂ ਅਲੋਕ ਵਿਸਾਲੋ ਅਦਾਰੇ ਦਾ ਬੋਧੇ ਪੁੱਤਰ ਦੀ ਬਹੁਤ ਵੱਡੀ ਕਮਾਈ ਦੇਖ ਕੇ ਮਹਿਤਾ ਸਾਹਿਬ ਦਾ ਹਿਰਦਾ ਉਹ ਵੀ ਬੜਾ ਖੁੱਲ੍ਹ ਦਿਲਾ ਬਣ ਗਿਆ ਹੈ
ਆਵਤ ਰਾਕਲ ਆਵਤ ਗਾਵਤ ਭਾਵਤ ਜੇ ਬਿਤ ਪਾਵਤ ਸਿਆਈ। ਔਰ ਇਸ ਪ੍ਰਕਾਰ ਕਲਾਵਤ ਲੋਕ ਆ ਕੇ ਗੀਤ ਗਾ ਰਹੇ ਹੈ, ਮੈਂ ਖੁਸਰੇ ਹੀੜੇ ਵਗੈਰਾ ਮੂੰਹ ਮੰਗਿਆ ਦਾਨ ਪ੍ਰਾਪਤ ਕਰ ਰਹੇ ਹਨ। ਜਾਂ ਵਿਦਗੋਤ ਸ਼ਾਹ ਭੈਓ ਕਬਕੀਨ ਪਵਿੱਤਰ ਮਧ ਬਨੇਈ। ਇਸ ਤਰ੍ਹਾਂ ਬੜਾ ਖੁਸ਼ੀ ਨਾਲ ਭਰਿਆ ਹੋਇਆ ਉਤਸਵ ਮਨਾਇਆ ਜਾ ਰਿਹਾ। ਇਸ ਵਾਸਤੇ ਕਵੀ ਜੀ ਕਹਿੰਦੇ ਮੈਂ ਇੱਕ ਕਵਿਤਾ ਦੇ ਵਿੱਚ ਕਥਨ ਕੀਤਾ ਹੈ। ਪਾਵਨ ਮੰਗਲ ਹੋਤ ਸੁਹਾਵਨ ਭਾਵਨ ਪਾਠ ਰਟੈ ਗੁਣ ਕੋ ਸਵਈਆਂ ਵਿੱਚ ਕਵਿਤਾ ਵਿੱਚ ਸਾਰਾ ਕਰ ਰਿਹਾ। ਪਾਵਨ ਕਹਿੰਦੇ ਮੰਗਲ ਬੜਾ ਸੋਭਾ ਪਾ ਰਿਹਾ ਹੈ, ਬੜੀਆਂ ਖੁਸ਼ੀਆਂ ਹੋ ਰਹੀਆਂ। ਜਿਹੜੇ ਭੱਟ ਹਨ ਇੱਥੇ ਪਾਠ ਸੁਹਾਵਨ ਆ ਪਰ ਗਲਤ ਛਪਿਆ। ਇਸ ਕਹਿੰਦੇ ਭੱਟ ਜਿਹੜੇ ਪ੍ਰੇਮ ਨਾ ਸਤਿਗੁਰਾਂ ਦੇ ਗੁਣ ਜਿਹੜੇ ਆ ਪਾਠ ਰਟੈ ਗੁਣ ਕੋ ਪਵਿੱਤਰ ਗੁਣਾਂ ਨੂੰ ਗਾ ਰਹੇ ਹਨ ਬੜੀ ਭਾਵਨਾ ਦੇ ਨਾਲ। ਲਾਗੀ ਸਭਾ ਸਭ ਬੇਦਨ ਕੀ ਨੱਟ ਰਾਗ ਅਲਾਪ ਕਰੇ ਧੁਨ ਕੋ। ਬੇਦੀ ਨੇ ਸਭਾ ਲੱਗ ਰਹੀ ਹੈ, ਨੱਟ ਨਵੀਆਂ ਨਵੀਆਂ ਜਿਹੜੀਆਂ ਧੁਨੀਆਂ ਹਨ ਕੱਢ ਕੱਢ ਕੇ ਬੜੀ ਸੁੰਦਰ ਅਲਾਪਚਾਰੀ ਕਰ ਰਹੇ ਹਨ। ਰੀਝ ਹਿਰਦੇ ਬਖਸ਼ੈ ਬਖਸ਼ੀਸ਼ਨ ਪਾ ਕੇ ਸੁਹਰਕੇ ਧੁਨ ਕੋ। ਹਿਰਦੇ ਬੜੇ ਖੁਸ਼ ਹੋ ਕੇ ਜਿਹੜੇ ਬੇਦੀ ਹੈ ਉਹ ਬਖਸ਼ੀਸ਼ਾਂ ਦੇ ਰਿਹਾ ਹੈ। ਮੰਗਤੇ ਦਾਨ ਪਾਪਾ ਬੜਾ ਖੁਸ਼ ਹੋ ਰਹੇ ਹੈ। ਆਸ ਵਿਲਾਸ ਕਰੇ ਮਿਲ ਕੇ ਪੇ ਕੌਤਕ ਪਾਉਂਦਾ ਅਨੇਕਾਂ ਕੋ। ਇਸ ਤਰ੍ਹਾਂ ਫਿਰ ਕਹਿੰਦੇ ਆ ਕਈ ਤਰ੍ਹਾਂ ਦੇ ਕੌਤਕ ਦੇ ਕੇ ਹਾਸ ਵਿਲਾਸ ਅਨੇਕ ਤਰ੍ਹਾਂ ਦੇ ਕਰ ਕਰਾ ਰਹੇ ਹਨ। ਖਰੀ ਚਾਰ ਬਰਾਤ ਬਣੀ ਸਗਰੀ ਤਨ ਭੂਖਨ ਜੇ ਵਜਰਾਵ ਜਰੀ। ਸਾਰੀ ਬਰਾਤ ਖਲੋਤੀ ਹੋਈ ਬੜੀ ਸੁੰਦਰ ਲੱਗ ਰਹੀ ਹੈ ਅਤੇ ਉਹਨਾਂ ਸਾਰਿਆਂ ਦੇ ਪਹਿਨੇ ਜਿਹੜਾ ਉਹ ਗਹਿਣੇ ਵਗੈਰੇ ਹੈ ਉਹ ਵੀ ਜਰੇ ਹੋਏ ਬੜੇ ਸੋਭਾ ਪਾ ਰਹੇ। ਜਰੀ ਦੋਜ ਫਿਰਿਆ ਬਿਜਨਾ ਸਭ ਪੈ ਸਭ ਸੂਰਜ ਕੇ ਜਿਹ ਕ੍ਰਾਂਤਰੀ। ਫਿਰ ਜਰੀ ਦੋਜ ਤਿੱਲੇ ਦਾ ਕੱਢਿਆ ਜਿਹੜਾ ਪੱਖਾ ਬਿਜਣਾ ਪੱਖਾ ਸਾਰਿਆਂ ਸਭ ਪੈ ਸਾਰਿਆਂ 'ਤੇ ਸਮ ਸੂਰਜ ਕੇ ਸੂਰਜ ਦੇ ਸਮਾਨ ਜੇ ਕ੍ਰਾਂਤ ਧਰੀ ਉਹਦੀ ਜਿਹੜੀ ਸ਼ੋਭਾ ਉਹਦੇ ਵਿੱਚ ਉਹਦਾ ਤੇਜ ਪ੍ਰਕਾਸ਼ ਧਰਿਆ ਹੋਇਆ ਹੈ। ਔਰ ਉਹ ਪੱਖਾ ਫੇਰਿਆ ਜਾ ਰਿਹਾ ਨਾ ਕੱਢਿਆ ਅਤੇ ਸਾਰਿਆਂ ਨੂੰ ਬਰਾਬਰ ਹਵਾ ਦੇ ਰਿਹਾ ਹੈ। ਧਰੀ ਪੌਸ਼ ਅੰਗ ਪਟੰਬਰ ਅੰਬਰ ਹੈ ਪਸ਼ਮੰਬਰ ਸੋਭ ਕਰੀ। ਸਾਰਿਆਂ ਦੇ ਪਸ਼ਮੀਨੇ ਦੇ ਕੱਪੜੇ ਦੀਆਂ ਬਣਾਈਆਂ ਹੋਈਆਂ ਉਹ ਜਿਹੜੀਆਂ ਪੁਸ਼ਾਕਾਂ ਆ ਉਹ ਪਹਿਨੀਆਂ ਹੋਈਆਂ ਹਨ ਅਤੇ ਉਹ ਸਾਰਿਆਂ ਨੂੰ ਬੜਾ ਸੁੰਦਰ ਲੱਗ ਰਹੀਆਂ ਹਨ, ਸੋਭਾ ਸੰਯੁਕਤ ਕਰ ਰਹੀਆਂ ਹਨ। ਪੌਸ਼ ਮੈਨੇ ਪੁਸ਼ਾਕ ਪਟੰਬਰ ਰੇਸ਼ਮੀ ਅੰਬਰ ਮੈਨੇ ਕੱਪੜੇ ਪਸ਼ਮੰਬਰ ਪਸ਼ਮੀਨੇ ਦੇ ਕਰੀ ਸੁੰਦਰ ਰੰਗ ਅਨੇਕਨ ਕੀ ਪਰਹੂਤ ਸਭਾ ਦੁਤਲੀਨ ਸ਼ਰੀ। ਇਸ ਪ੍ਰਕਾਰ ਐਸੀ ਰੰਗ ਬਿਰੰਗਾਂ ਦੀ ਅਨੇਕ ਤਰ੍ਹਾਂ ਦੀ ਸੁੰਦਰਤਾ ਪਰਹੂਤ ਸਭਾ ਇੰਦਰ ਦੀ ਜੇ ਸਭਾ ਦੁਤਲੀਨ ਸ਼ਰੀ। ਐਵੇਂ ਲੱਗ ਰਿਹਾ ਕਿ ਸਤਿਗੁਰੂ ਨੇ ਇੰਦਰ ਦੀ ਸਭਾ ਦਾ ਸਾਰਾ ਕੁਝ ਖੋਹ ਲਿਆ, ਹਾਂਜੀ ਛੱਡ ਲਿਆ। ਦੁੱਧ ਜਿੰਨਾ ਵੀ ਹਾਂਜੀ ਸੋਭਾ ਹੈ ਪ੍ਰਭੂਤ ਮੈਨੇ ਇੰਦਰ, ਇਸ ਕਰਕੇ ਉਹਦੀ ਸੋਭਾ ਵੀ ਮਾਤ ਪੈ ਗਈ ਹੈ। ਦੋਹਰਾ ਦਿਵਸ ਬਤੀਤੇ ਕਿਤ ਕੇ ਵਸਾਹਾ ਹੈ ਉਹ ਸਮੀਪ। ਕਈ ਦਿਨ ਬੀਤ ਗਏ, ਸਾਹੇ ਦਾ ਦਿਨ ਨੇੜੇ ਆ ਗਿਆ। ਲੱਗੇ ਕਰਨ ਤਿਆਰੀ ਚੱਲਣ ਵਿਆਹ ਨੂੰ ਕੁਲਕੋ ਦੀ ਬੇਦੀ ਗੁਲਦੇ ਦੀ ਵਿਆਹਣ ਵਾਸਤੇ ਤਿਆਰੀਆਂ ਕਰਨ ਲੱਗ ਲੱਗ ਪਏ ਹਨ। ਸੋਈਆ ਭੂਤ ਪਾ ਜੈਰਾਮ ਗਏ ਬਤ ਲੇਵਨ ਕੀ ਸਭ ਬਾਤ ਸੁਣਾਈ। ਇਹ ਭਾਈ ਜੈਰਾਮ ਜੀ ਨਵਾਬ ਦੇ ਕੋਲ ਗਏ ਲੋੜੀਂਦੀਆਂ ਚੀਜ਼ਾਂ ਲੈਣ ਵਾਸਤੇ ਸਾਰੀ ਕਥਾ ਸੁਣਾਈ। ਦਿਨ ਮਤੰਗਾਂ ਵਾਰਨ ਸੰਗ ਤਰੰਗਮ ਸੋ ਸਵਾਰ ਬਣਾਈ। ਉਹਨੇ ਫਿਰ ਅੰਬਾਰੀਆਂ ਦੇ ਸਮੇਤ ਅਹੁਦੇ ਪਏ ਹਾਥੀ ਸਵਾਰੀ ਲਈ ਘੋੜੇ ਆਦਿਕ ਵੀ ਦਿੱਤੇ ਹਨ ਬਣ ਬਣਾ ਕੇ। ਭੁੱਖਨ ਸੁੰਦਰ ਕੰਚਨ ਕੇ ਨਗਬੀਰ ਜੇ ਰਾਵਨ ਕੋਈ ਸ਼ਬ ਛਾਏ ਸੋ ਛਬ ਸੋ ਛਬ ਛਾਈ। ਫਿਰ ਸੁੰਦਰ ਭੁੱਖਨ ਕੰਚਨ ਕੇ ਨਗ ਸੋਨੇ ਦੇ ਜਿਹੜੇ ਗਹਿਣੇ ਉਹਨਾਂ 'ਚ ਬੜੇ ਸੁੰਦਰ ਨਗ ਜੜੇ ਹੋਏ ਆ ਜਰਾਵਨ ਸੋ ਸ਼ਬ ਛਾਈ ਜੜਾਉਣ ਦੇ ਨਾਲ ਬੜੀ ਸੋਭਾ ਪਾ ਰਹੇ ਹਨ। ਔਰਤ ਅਕਾਰ ਦਾ ਹਿਤ ਭਾਰਨ ਤੰਬੂ ਕਨਾਤਨ ਕੇ ਸਮੁਦਾਈ। ਭਾਰ ਵਾਸਤੇ ਤੰਬੂ ਕਨਾਤਾਂ ਨੂੰ ਚੁੱਕਣ ਵਾਸਤੇ ਤੁਖਾਰ ਨਾਮ ਊਠ ਵੀ ਦਿੱਤੇ ਹਨ ਬਹੁਤ ਸਾਰੇ। ਅੜਿਲ ਦੌਲਤ ਖਾਂ ਲੱਗ ਰਹੇ ਦੇ ਸਮੋਦੀ ਆਪ ਨੂੰ। ਦੌਲਤ ਖਾਂ ਖੁਸ਼ ਹੋ ਗਏ ਆਪਣਾ ਮੋਦੀ ਜਾਣ ਕੇ। ਜਸ ਆਵੇ ਜਗ ਮਾਜ ਮੋਜੇ ਸੰਗ ਜਪ ਨੂੰ ਕਿ ਉਹਨਾਂ ਦੇ ਨਾਲ ਉਹਦਾ ਜਗ ਵਿੱਚ ਜਸ ਜਾਪ ਜਸ ਹੈ। ਦੇਵ ਦਰ ਮੰਗਵਾਏ ਕੁਛ ਅਤੇ ਹਰ ਖੁਸ਼ ਇਹ ਖਜ਼ਾਨੇ ਨੇ ਬੜਾ ਖੁਸ਼ ਹੋ ਕੇ ਧਨ ਵੀ ਮੰਗਾ ਕੇ ਦਿੱਤਾ। ਹੋ ਕਹਿਓ ਕਹਿ ਕਰੋ ਜਸ ਪੂਰਾ ਦਾਰੂ ਹੋਏ ਚਿੱਤਾਂ। ਫਿਰ ਕਹਿੰਦੇ ਆ ਚਿੱਤ ਵਿੱਚ ਪੂਰਾ ਤੌਰ 'ਤੇ ਉਦਾਰ ਸਖੀ ਬਣ ਕੇ ਜਸ ਕਰੋ। ਇਸ ਵਾਸਤੇ ਐਸਾ ਵਚਨ ਹੋਇਆ ਭਈਆ ਆਨ ਜੈ ਰਾਮ ਤਾਮ ਬੇਗਾ ਤਤਕਾਲ ਕਰੀ ਜਾਣੀ ਤਿਆਰੀ ਕਿ ਭਾਜੀ ਸਾਰੀਆਂ ਚੀਜ਼ਾਂ ਜਿਹੜੀਆਂ ਲੋੜ 'ਚ ਲੈ ਕੇ ਹਰ ਚਿੱਤੀ ਆ ਗਏ ਅਤੇ ਚੱਲਣ ਵਾਸਤੇ ਤਿਆਰੀ ਕਰ ਦਿੱਤੀ। ਆਪਣੇ ਆਪਣੇ ਵਾਹਨ ਸਾਜ ਰੂਢ ਪੈ ਤਨ ਪੋਸ਼ਿਸ਼ ਧਾਰੀ ਆਪੋ ਆਪਣੇ ਵਾਹਣਾਂ 'ਤੇ ਹਾਂਜੀ ਸਾਜ ਸਮਾਰ ਰੱਖ ਕੇ ਰੂਢ ਸਵਾਰ ਹੋ ਗਏ। ਸਰੀਰ 'ਤੇ ਬੜੀਆਂ ਸੁੰਦਰ ਪੁਸ਼ਾਕਾਂ ਧਾਰੀਆਂ ਹੋਈਆਂ।
ਲੌਕਿਕ ਵੈਦਿਕ ਰੀਤ ਕਰੀ ਸਭ ਰਿੰਦ ਮਿਲੀ ਤੇ ਨਾਗਰ ਨਾਰੀ। ਲੌਕਿਕ ਦੁਨਿਆਵੀ ਅਤੇ ਜਿਹੜੀ ਧਾਰਮਿਕ ਰੀਤੀ ਵੈਦਿਕ ਉਹ ਕੀਤੀ ਸਾਰੀ ਪਰਿੰਦ ਸਾਰਿਆਂ ਨੇ ਮਿਲ ਕੇ ਨਗਰ ਦੀਆਂ ਇਸਤਰੀਆਂ ਨੇ ਉਹ ਸਾਰੀ ਲੌਕਿਕ ਔਰ ਵੈਦਿਕ ਰੀਤੀ ਕੀਤੀ ਹੈ। ਮਨੁ ਕੋਕ ਕੋਕਲ ਕਾ ਕੋ ਕਾਵਤ ਗਾਵਤ ਗੀਤਨ ਆਨੰਦ ਭਾਰੀ ਮੰਨਣਾ ਕਰੋ। ਕੋਇਲ ਦੇ ਸਮਾਨ ਕੋ ਹਕੂਕ ਰਹੀਆਂ ਗੀਤ ਗਾ ਰਹੀਆਂ ਬੜਾ ਭਾਰੀ ਆਨੰਦ ਹੋ ਰਿਹਾ ਹੈ। ਔਰ ਜੇ ਕੋਇਲਾਂ ਨੂੰ ਤਿੱਖੀ ਆਵਾਜ਼ ਬੋਲ ਕੇ ਗੀਤ ਗਾਇਆ ਜਾ ਰਿਹਾ ਹੈ। ਸਾਰਸ ਲੋਚਨ ਬੰਧ ਵਿਮੋਚਨ ਰੂਪ ਬਲੋਕਤ ਹੈ ਮਨ ਹਾਰੀ ਇਹ ਕਵਲ ਨੈਣ ਸਤਿਗੁਰੂ। ਸਾਰਸ ਮੈਨੇ ਕਵਲ ਦੇ ਨੈਣ ਜਿਨ੍ਹਾਂ ਦੇ ਨੇਤਰੇ ਬੰਧ ਵਿਮੋਚਨ ਸੰਸਾਰ ਦੇ ਬੰਧਨ ਨੂੰ ਕੱਟਣ ਵਾਲੇ ਰੂਪ ਬਲੋਕਤ ਹੈ ਮਨ ਹਾਰੀ ਰੂਪ ਉਹਨਾਂ ਦੇ ਸੁਣ ਵੇਖ ਕੇ ਸਾਰਿਆਂ ਦਾ ਮਨ ਹਾਰੀ ਹਰਿਆ ਜਾਂਦਾ ਖਿੱਚਿਆ ਜਾਂਦਾ। ਸੇਖਰੇ ਸੋਹੇ ਲਲਾਰ ਉਧਾਰ ਕੇ ਸੀਸ ਪੈ ਹੇਮ ਸੋਨੀ ਕੇ ਹੈ ਢਾਰੀ ਫਿਰ ਮੱਥੇ ਲਲਾਰ ਮੈਨੇ ਮੱਥੇ ਉੱਤੇ ਸੇਖਰੇ ਉਹ ਲਟਕਣ ਵਾਲਾ ਸਿਹਰਾ ਜਿਹੜਾ ਸੋਭ ਰਿਹਾ ਸੀਸ 'ਤੇ ਹੇਮ ਸੋਨੀ ਕੇ ਹੈ ਢਾਰੀ ਔਰ ਹੇਮ ਮੈਨੇ ਸੋਨੇ ਦਾ ਨੀਕੇ ਟਾਲੀ ਮੈਨੇ ਟਲ ਰਿਹਾ ਲਟਕ ਰਿਹਾ ਹੈ। ਸੋਭਾ ਘੁੰਮੋਰ ਫਿਰ ਹੈ ਸਿਰ ਚੌਰ ਫਿਖੈ ਨਰ ਦੌਰ ਸੋ ਭੀਰ ਕੀ ਪਾਰੀ ਫਿਰ ਇਸ ਪਰਾ ਜਿਹੜੀ ਸੋਨੇ ਦੀ ਕਲਗੀ ਉਹ ਵੀ ਬੜੀ ਸ਼ੋਭਾ ਪਾ ਰਹੀ ਹੈ ਹੇਮ ਨਾਮ ਸੋਨੇ ਦਾ। ਸੋਭਾ ਕੋ ਮੋਰ ਫਿਰੈ ਸਿਰ ਚੌਰ ਪਿਖੈ ਨਰ ਦੌਰ ਸੋ ਭੀਰ ਕੀ ਪਾਰੀ। ਅੱਗੇ ਕਵੀ ਜੀ ਦੱਸ ਰਹੇ ਹੈ ਕਿ ਜਿਹੜਾ ਸੋਭਾ ਦੇ ਹਾਂਜੀ ਸਿਰ ਮੌੜ ਉਹਨਾਂ ਦੇ ਸਿਰ 'ਤੇ ਜਿਹੜਾ ਚੌਰ ਝੁੱਲ ਰਿਹਾ ਦੇਖ ਰਿਹਾ ਇਸ ਨੂੰ ਵੀ ਦੌੜ ਦੌੜ ਕੇ ਆ ਰਹੇ ਹੈ ਬੜੀ ਭਾਰੀ ਭੀੜ ਹੁੰਦੀ ਜਾ ਰਹੀ ਹੈ। ਕੋਈ ਰੂੜ ਚਲੇ ਸਿਵਕ ਔਰ ਜਾਮੇ ਜਟੇ ਝਮਕੈ ਨਗਚਾਰੀ ਜਦੋਂ ਫਿਰ ਉਹ ਪਾਲਕੀ ਵਿੱਚ ਅਰੂੜ ਇਸ ਤੋਂ ਤਸਵਾਰ ਹੋ ਗਏ ਪਰ ਜਾਮੇ ਚੜੇ ਚਮਕੇ ਨਗਚਾਰੀ ਜਿਹੜਾ ਸੁੰਦਰ ਜਾਮ ਪੁਸ਼ਾਕ ਪਹਿਨੇ ਸੀ ਸੁੰਦਰ ਨਗ ਰਤਨ ਜੜੇ ਜੜੇ ਹੋਏ ਬੜੀਆਂ ਝਮਕਾਂ ਚਮਕਾਂ ਦਮਕਾਂ ਮਾਰ ਰਹੇ ਹੈ। ਚਾਰੀ ਮੈਨੇ ਸੁੰਦਰ ਕਵਿਤ ਸੁੰਦਰ ਮਤੰਗ ਸਜਿਓ ਹਰਨ ਅੰਬਾਰੀ ਸੰਗ ਤਾਂ ਪੈ ਜੜ ਕਾਲੂ ਅੰਗ ਆਨੰਦ ਨਾ ਮਾਵੇ। ਸੁੰਦਰ ਜਿਹੜਾ ਮਤੰਗ ਹਾਥੀ ਸਜਿਆ ਵਜਿਆ ਸੀ ਲਾਲ ਰੰਗ ਦੀ ਅੰਬਾਰੀ ਦੇ ਨਾਲ ਹੌਦਾ ਪਾਇਆ ਸੀ ਥਾਂ 'ਤੇ ਚੜ੍ਹ ਕੇ ਔਰ ਮਹਿਤਾ ਜੀ ਅੰਗਾਂ ਵਿੱਚ ਆਨੰਦ ਵਿੱਚ ਸਮਾਉਂਦੇ ਨੇ ਬਹੁਤ ਖੁਸ਼ ਹੈ। ਲਾਲੂ ਗਜਾ ਰੂੜ ਪਇਓ ਰਾਮ ਚੰਦ ਕਾਨਾ ਪੁੰਨ ਚੜ੍ਹਿਓ ਜਗ ਜੀਤ ਮਲ ਲਾਲ ਆਨੰਦ ਭਾਵੇ। ਚਾਚਾ ਲਾਲੂ ਜੀ ਹਾਥੀ ਦੇ ਰੂੜ ਇਸ ਤੋਂ ਹੋਇਆ ਰਾਮ ਚੰਦ ਅਤੇ ਉਹ ਵੀ ਜਿਹੜੇ ਕਾਨਾ ਵੀ ਹੈ ਪੁਨਾ ਫਿਰ ਚੜ੍ਹਿਓ ਜਗਜੀਤ ਮਲ ਵੀ ਲਾਲ ਨੰਦ ਇਹ ਵੀ ਭਾ ਰਿਹਾ। ਜੱਟ ਮਲ ਇੰਦਰ ਸੈਨ ਨੰਦ ਲਾਲ ਮੈਨ ਸਮ ਸੋਭਾ ਐਨ ਰਥ ਪਰ ਚੜ੍ਹੇ ਛਪ ਪਾਵੇ। ਜੱਟ ਮਲ ਇੰਦਰ ਸੈਨ ਨੰਦ ਲਾਲ ਮੈਨ ਕਾਮਦੇਵ ਦੇ ਬਰਾਬਰ ਸੋਭਾ ਨੂੰ ਐਨ ਘਰ ਰਸਤੇ ਜਿਹੜੇ ਬੜੀ ਸੋਭਾ ਪਾ ਰਹੇ ਹਨ। ਚੰਦਰਪਨ ਕੌਲ ਨੈਣ ਸ਼ਿਵ ਲਾਲ ਕਾਮ ਸੈਨ ਮਾਨ ਚੰਦ ਮਾਨ ਸੰਘ ਚੜ੍ਹਿਓ ਹਰਖਾਵੇ। ਚੰਦਰਪਨ ਵੀ ਹੈ ਹਾਂਜੀ ਅਤੇ ਕਵਲ ਨੈਣ ਹੈ ਸ਼ਿਵ ਲਾਲ ਹੈ ਕਾਮ ਸੈਨ ਹੈ ਮਾਨ ਚੰਦ ਹੈ ਅਤੇ ਮਾਣ ਦੇ ਨਾਲ ਚੜ੍ਹੇ ਹੋਏ ਸਵਾਰੀਆਂ 'ਤੇ ਬੜੇ ਖੁਸ਼ ਹੋ ਰਹੇ ਹੈ। ਛਪੈ ਪਰਮਨ ਜੈ ਰਾਮ ਬੌਰ ਚੜ੍ਹ ਚਲੋ ਫਿਰੰਦਾ ਪਰਮਨ ਜੀ ਜੈ ਰਾਮ ਜੀ ਬੌਰ ਪੁਨਾ ਫੇ ਜਿਹੜਾ ਫਿਰੰਦਾ ਹੈ ਉਹ ਵੀ ਆਪੋ ਆਪਣੇ ਬਾਣ 'ਤੇ ਚੜ੍ਹ ਕੇ ਚੱਲੇ ਹਨ। ਤਖ਼ਤ ਰਾਮ ਜਗ ਰਾਏ ਬਣਿਓ ਸ਼ੁਭ ਅਰਜਨ ਚੰਦਾ ਤਖ਼ਤ ਰਾਮ ਜਗ ਰਾਏ ਹੈ ਐਸਾ ਸ਼ੁਭ ਸਮਾਂ ਬਣਿਆ ਅਰਜਨ ਚੰਦ ਵੀ ਔਰ ਦਵਾਨੀ ਮਲ ਮੋਹਨ ਮਲ ਭਲੋ ਸੁਹਾਈ। ਦਵਾਨੀ ਮਾਲਿਆ ਮੋਹਨ ਮਾਲਿਆ ਇਹ ਭਲੇ ਸੋਭਾ ਪਾ ਰਹੇ ਬਹੁਤ ਬੜੀ ਸੋਭਾ ਪਾਈ ਹੈ। ਲਖਵਤ ਰਾਏ ਕੁਲੀਨ ਚੜ੍ਹਿਓ ਅਸ ਜਾਦੋ ਰਾਈ ਲਖਵਤ ਬਾਰਾ ਵੀ ਕੁਲੀਨ ਉੱਚੀ ਗੋਲਾ ਚੜ੍ਹਿਆ ਅਸ ਘੋੜੇ 'ਤੇ ਜਾਦੋ ਰਾਈ ਆਦਿਕ ਜਿਹੜੇ ਇਹ ਵੀ ਹਨ। ਬੇਦੀ ਬੁਨ ਛੱਤਰੀ ਅਪਰ ਕੇ ਅਤੇ ਗਿਣੀਆਂ ਨਾਮ ਦਿਨ ਬੇਦੀ ਵੀ ਹੋਰ ਵੀ ਬਹੁਤ ਸਾਰੇ ਖੱਤਰੀ ਸੀਗੇ ਉਹਨਾਂ ਦੇ ਨਾਂ ਕਵੀ ਕਹਿੰਦੇ ਕਿੰਨੇ ਗਣੀਏ ਮੋਟੇ ਮੋਟੇ ਦਾਖ ਦਿੱਤੇ ਆ। ਸ਼ੋਭਾ ਨੇ ਨੀਕ ਬਣਾ ਕੇ ਚੱਲੇ ਚੰਚਲੇ ਜਾਨ ਜਨ ਸ਼ੋਭਾ ਨੇ ਨੀਕੇ ਚੰਗੇ ਬਣਾਏ ਚੱਲ ਪਏ ਚਾਂਚਲੇ ਜਾਨ ਘੋੜਿਆਂ 'ਤੇ ਸਵਾਰ ਹੋਏ ਆਪੋ ਆਪਣੇ ਬਾਣਾਂ 'ਤੇ ਚੜ੍ਹੇ ਹੋਏ ਆ। ਸਵਈਆ ਦੇਸ਼ ਏਕ ਤਰੰਗਨ ਚਾਂਚਲ ਸੁੰਦਰ ਜਾਤ ਕੁਦਾਵਤ ਭੂਖਣ ਤਾਰੀ ਇੱਕ ਵਾਰ ਸੁੰਦਰ ਚਾਂਚਲ ਬੜੇ ਚਲਾਕ ਚਾਲ ਵਿੱਚ ਚੱਲਣ ਵਾਲੇ ਘੋੜੇ ਉਹ ਵੀ ਸੋਹਣੇ ਗਹਿਣਿਆਂ ਨੇ ਸਜੇ ਹਮੀਲਾਂ ਹਮੂਲਾਂ ਪਾਈਆਂ ਉਹ ਵੀ ਸਜ ਰਹੇ ਉਹਨਾਂ ਨੂੰ ਕੁਦਾਵਤ ਮੈਨੇ ਨਚਾਉਂਦੇ ਟਪਾਉਂਦੇ ਜਾ ਰਹੇ। ਦੇਸ਼ ਇੱਕ ਮਤੰਗ ਅਵਾਰਨ ਸੰਗ ਕਰੇ ਜਨ ਗੰਢੇ ਭਰਿੰਗ ਗੁਜ਼ਾਰੀ ਦੂਜੇ ਪਾਸੇ ਹਾਥੀ ਮਤੰਗ ਉਹਨਾਂ ਦੇ ਅੰਬਾਰਨ ਜਿਹੜੀਆਂ ਅੰਬਾਰੀਆਂ ਹੌਦੇ ਪਾਏ ਹੋਏ ਕਰੇ ਜਨ ਗੰਢੇ ਭਰਿੰਗ ਗੁਜ਼ਾਰੀ ਉਹਨਾਂ ਦੇ ਜਿਹੜੇ ਗੰਢ ਸਥਲ ਪੁੜ ਪੜੀਆਂ ਆ ਉੱਥੋਂ ਪਾਣੀ ਜਿਹਾ ਵਗਦਾ ਹੁੰਦਾ ਉਹ ਹਾਥੀ ਦੀ ਤੰਦਰੁਸਤੀ ਦੀ ਨਿਸ਼ਾਨੀ ਹੁੰਦੀ ਹੈ। ਉੱਤੇ ਜਿਹੜੇ ਭੌਰੇ ਆ ਨਾ
ਉਹ ਗੂੰਜਾਂ ਪਾਉਂਦੇ ਰਹਿੰਦੇ ਹੈ। ਦੇਸ਼ ਏਕ ਚਲੇ ਸੇਵਕਾਰਤ ਪੰਗਤ ਬੀਜ ਬਰਾ ਜੈ ਬਾਹਚਾਰੀ, ਇੱਕ ਪਾਸੇ ਸੇਵਕਾ ਪਾਲਕੀਆਂ, ਇੱਕ ਪਾਸੇ ਰਥਾਂ ਦੀ ਪੰਗਤੀ ਹੈ ਅਤੇ ਬਾਹਜ ਚਾਰੀ ਜਿਹੜੇ ਮਤਲਬ ਇਹਨਾਂ ਦੇ ਆਪਣੇ ਖੱਤਰੀ ਹੈ ਨਾ, ਬਾਹਜ ਚਾਰੀ ਸੁੰਦਰ ਬਰਾਜੇ ਹੋਏ ਸੋਭਾ ਪਾ ਰਹੇ। ਦੇਸ਼ ਏਕ ਤਖਾਰ ਚਲੇ ਸਗਟੇ ਗਮਨੇ ਮਗ ਹੋਦ ਕਲਾਹਲ ਭਾਰੀ, ਮਧੁ ਬੜੀ ਮਰਜ਼ਾਦਾ 'ਚ ਇਹ ਨਹੀਂ ਵੀ ਅਟਪਟੇ ਜਾਂ ਕੋਈ ਉਹਨੂੰ ਤੁਰਿਆ ਫਿਰਦਾ ਕੌਣ ਨੂੰ। ਇੱਕ ਦੇਸ਼ਾਂ 'ਚ ਤੁਖਾਰ ਹਾਥੀ ਦੋਏ ਊਠ ਚੱਲ ਰਹੇ ਆ, ਇੱਕ ਪਾਸੇ ਸਗਟੇ ਗਮਨੇ ਗੱਡੇ ਚੱਲ ਰਹੇ ਆ ਮਗ ਰਸਤੇ 'ਚ ਹੋਤ ਕਲਾਹਲ ਭਾਰੀ, ਅਤੇ ਗਮਨੇ ਮਗ ਹੋਤ ਕਲਾ ਜਿਲੇ ਰਸਤੇ ਚੱਲਦੇ ਬੜਾ ਭਾਰੀ ਉੱਚਾ ਸ਼ੋਰ ਸ਼ਰਾਬਾ ਹੋ ਰਿਹਾ ਹੈ। ਸੋਈਆ ਬਾਈ ਟੋਲ ਦਮਾਮੇ ਵੱਡੇ ਤੁਰਰੀ ਡੱਪ ਸੋਂ ਮੁਰਲੀ ਕਰਨਾਈ, ਅਤੇ ਵੱਡੇ ਵੱਡੇ ਢੋਲ ਦਮਾਮੇ ਨਗਾਰੇ ਵੱਡੇ ਤੁਰ ਰਹੀਆਂ ਤੂਤੀਆਂ ਡੱਫਾਂ ਮੁਰਲੀਆਂ ਬਾਂਸਰੀਆਂ ਕਰਨਾਈ ਭੇਰੀਆਂ। ਇਹ ਜਿਹੜੇ ਨਰ ਸਿੰਘ ਹੈ ਇਹ ਮਿੱਠੀਆਂ ਧੁਨਾਈ ਬੱਜ ਰਹੇ ਆ। ਝਾਂਜਰਪੁਰ ਨਫੀਰ ਵਜੈ ਮੁੱਖ ਬਾਤ ਕਹੀ ਨਾ ਦੇਤ ਸੁਣਾਈ, ਝਾਂਜਰਾਂ ਬਹੁਤ ਨਫੀਰੀਆਂ ਵੱਜ ਰਹੀਆਂ ਮੁੱਖਾਂ ਤੋਂ ਬਾਤ ਕਹੀ ਹੋਈ ਸੁਣਾਈ ਨਹੀਂ ਦੇ ਰਹੀ। ਰੰਗਾਂ ਨੇ ਕਨਕੀਰ ਪਤਾਕਨ ਜਾਹੇ ਲੀਏ ਸਭ ਅੱਗੇ ਹਿਤਾਈ, ਅਨੇਕ ਰੰਗਾਂ ਨੇ ਪਤਾਕਨ ਝੰਡੀਆਂ ਲੈ ਕੇ ਜਾ ਰਿਹਾ ਅੱਗੇ ਦੌੜ ਦੌੜ ਕੇ, ਮੰਗਲ ਭੋਨ ਪੈਸ਼ੂ ਸੌਣ ਸਮੇਂ ਸਭ ਗਾਉਣ ਕੇ ਦਿਨੇ ਦਿਖਾਈ। ਫਿਰ ਕਹਿੰਦੇ ਹਨ ਅੱਗੇ ਚਲੇ ਜਾ ਰਿਹਾ ਘਰ ਵਿੱਚ ਉਹ ਬਰਾਤ ਦੇ ਚੱਲਣ ਦਾ ਜਿਹੜਾ ਸਮਾਂ, ਮੰਗਲ ਭੋਨ ਪਏ ਸ਼ੁਭ ਸੌਣ, ਬੜੇ ਸੌਣ ਮੈਨੇ ਸਗਨ ਸ਼ੁਭ ਹੋਏ, ਉਸ ਸਮੇਂ ਬੜੀਆਂ ਖੁਸ਼ੀਆਂ ਹੋਈਆਂ ਘਰਾਂ ਵਿੱਚ ਸਭ ਗਾਉਣ ਕੇ ਦਿਨੇ ਦਿਖਾਈ, ਔਰ ਸਾਰੀ ਦਿਨ ਸ਼ੁਭ ਜਿਹੜੇ ਸਗਨ ਸੀ ਉਹ ਦਿਖਾਈ ਦਿੱਤੇ ਚੱਲਣ ਸਮੇਂ। ਇਸ ਪ੍ਰਕਾਰ ਦੋ ਘੱਟ ਨਾਲ ਸੁਹਾਗਣ ਲੈ ਤੈਂ ਆਨ ਮਿਲੀ ਜਾਹੇ ਸ਼੍ਰੀ ਜਗ ਸਾਈ, ਫਿਰ ਦੋ ਘੱਟ ਸੁਹਾਗਣ ਸਿਰ 'ਤੇ ਚੱਕੇ ਪਾਣੀ ਦੇ ਘੜੇ ਭਰੇ ਲੈ ਕੇ ਆਣ ਮਿਲੀਆਂ ਜਿੱਥੇ ਜਾ ਰਿਹਾ ਜਗ ਦੇ ਸਾਈਂ। ਇਹ ਮਤਲਬ ਸ਼ੁਭ ਸਗਨ ਮੰਨਦੇ ਆ ਹਿੰਦੂ ਮਤ 'ਚ। ਖੇਲ ਸੁਆਵਤ ਬਾਇਸ ਦਾਨ ਧਾਏ ਪੈ ਮਿਰਗ ਮਾਲਿਆਂ ਆਈ, ਫਿਰ ਅੱਗੇ ਕੀ ਹੈ ਜਿੱਥੇ ਮਾਲਕ ਬੈਠੇ ਸੀ ਉੱਥੇ ਦੋ ਸੁਹਾਗਣਾਂ ਦੋ ਪਾਣੀ ਦੇ ਘੜੇ ਲੈ ਕੇ ਆਈਆਂ। ਕਾਨ ਸੱਜੇ ਪਾਸੇ ਬੋਲੇ, ਜਿਹੜੀ ਹਰਨਾਂ ਦੀ ਡਾਰ ਹੈ ਉਹ ਖੱਬੇ ਪਾਸੇ ਨੂੰ ਦੌੜੇ। ਇਹ 'ਚ ਵੀ ਇਹ ਜੋਤਸ਼ੀ ਜਿਹੜੇ ਆ ਉਹ ਚੰਗਾ ਸ਼ੁਭ ਸਗਨ ਆਉਣ ਦੇ ਵੀ ਮਿਰਗਾਂ ਦੀ ਮਾਲ ਜਿਹੜੀ ਹੈਂਜੀ ਝੋਂਡਿਆ ਦੌੜ ਰਹੇ ਪੰਗਤੀ। ਫਿਰ ਤਾਂ ਹੈ ਨਕਲਾ ਸਾਵੀ ਸੁਰਵੀ ਹੋਏ ਸਾਹਮਣੇ ਖੀਰ ਪਲਾਈ, ਫਿਰ ਕੀ ਰੱਖਦੇ ਜਿਹੜਾ ਨਿਓਲ ਆ ਧੋਣਾ ਉੱਚੀਆਂ ਚੱਕ ਕੇ ਦੇਖਣ, ਗਾਂ ਸਾਹਮਣੇ ਕੋਈ ਬੱਚੇ ਨੂੰ ਦੁੱਧ ਪਿਆਉਂਦੀ ਹੋਵੇ। ਸੁੰਦਰ ਮੰਦਰ ਸ਼ਮੀਰ ਵਹੀ ਅਵਲੋਕ ਬਰਾਤ ਰਹੀ ਰਖਾਈ, ਫਿਰ ਸੁੰਦਰ ਮੰਦ ਮੰਦ ਹਵਾ ਠੰਡੀ ਠੰਡੀ ਚੱਲਦੀ ਹੋਵੇ ਬਲੋਕ ਕੇ ਦੇਖ ਕੇ ਬਰਾਤ ਰਹੀ ਰਖਾਈ। ਬਰਾਤ ਚੱਲਦੇ ਚੱਲਣ ਸਮੇਂ ਜਿਹੜੇ ਸ਼ੁਭ ਸਮੇਂ ਦੇਖੇ ਬੜੇ ਖੁਸ਼ ਹੋਏ। ਸੋਰਠਾ ਚੱਲੇ ਪਰਮ ਸੁੱਖ ਵਾਏ ਬਾਜੇ ਘੰਟੇ ਗਜਨ ਕੇ, ਬਰਾਤ ਨੇ ਬੜਾ ਮਹਾਨ ਸੁੱਖ ਪਾਇਆ। ਅਤੇ ਫਿਰ ਜਿਹੜੇ ਹਾਥੀਆਂ ਦੇ ਗਲ 'ਚ ਪਈਆਂ ਘੈਂਟੀਆਂ ਘੁੰਟੀਆਂ ਜਿਹੀਆਂ ਉਹ ਵੱਜ ਰਹੀਆਂ ਹਨ। ਘੁੰਗਰੂ ਸ਼ਰਨਨ ਲਾਏ ਰਾਜੇ ਰਥ ਸਾਜਿਆਂ ਤੁਰੰਗ, ਰਥਾਂ ਨਾਲ ਜੋੜੇ ਹੋਏ ਜਿਹੜੇ ਸਜੇ ਹੋਏ ਘੋੜੇ ਹੈ ਉਹਨਾਂ ਦੇ ਪੈਰਾਂ 'ਚ ਪਾਈਆਂ ਜਿਹੜੀਆਂ ਝਾਂਜਰਾਂ ਝਰਨਨ ਉਹ ਵੀ ਚਨਕਾਰਾਂ ਪਾ ਰਹੀਆਂ ਹਨ। ਦੋਹਰਾ ਮਜਬੂਰ ਰੱਖੋ ਸੰਗ ਨੇ ਜੇ ਖਰਚ ਪ੍ਰਿਤ ਕਛ ਦੇ, ਕਹਿੰਦੇ ਮੈਨੂੰ ਫਿਰ ਨਾਲ ਰੱਖਿਆ ਕੁਝ ਖਰਚਾ ਵੀ ਪਹਿਲਾਂ ਵੱਖਰਾ ਦੇ ਦਿੱਤਾ। ਸੁਣੇ ਸ਼੍ਰੀ ਅੰਗਦ ਗੁਰੂ ਕਥਾ ਸਾਰ ਅਸਲੇ, ਇਹ ਪਾਤਸ਼ਾਹ ਗਰੀਬ ਨਾਲ ਸ਼੍ਰੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ, ਇਹ ਕਥਾ ਦਾ ਸਾਰ ਸੁਣੋ ਅਤੇ ਰਸ ਮਾਣੋ ਆਨੰਦ ਮਾਣੋ। ਸੋਈਆ ਉਹ ਤੋਂ ਕਲਾ ਬਾਦ ਦਵਾਜ ਆਏਗਾ ਸਭ ਤੀਰ ਵਪਾਸਾ, ਕਹਿੰਦੇ ਇਸ ਤਰ੍ਹਾਂ ਬੜਾ ਬਾਜਤ ਬਾਜੇ ਬਾਜੀਆਂ ਦੇ ਵੱਜਣ ਨਾਲ ਬੜਾ ਕੋਲਾਹਲ ਹਾਂਜੀ ਸ਼ੋਰ ਸ਼ਰਾਬਾ ਮਚਿਆ ਹੋਇਆ, ਅਤੇ ਵਿਪਾਸ ਦਰਿਆ ਦੇ ਕਿਨਾਰੇ ਆ ਗਏ। ਕੇਵਟ ਕੋ ਤਨ ਦੀਨ ਤਵੇ ਤਰਨੀ ਜੇ ਨਕੀਨ ਸਮੂਹ ਸੋ ਪਾਸਾ, ਫਿਰ ਵਿਆਹ ਨੇ ਜਿਲ੍ਹੇ ਉੱਥੇ ਪਹੁੰਚੇ ਕੇਵਟ ਜਿਹੜੇ ਮਲਾਹ ਸੀ ਉਹਨੂੰ ਤਨ ਦਿੱਤਾ, ਉਹ ਤਰਨੀ ਬੇੜੀ ਉਹਨਾਂ ਦੇ ਕੋਲ ਲੈ ਕੇ ਆ ਗਿਆ, ਅਤੇ ਸਮੂਹ ਸੋ ਪਾਸਾ ਸਾਰੇ ਜਿੰਨੇ ਸੀ ਉਹਨਾਂ ਦੇ ਪਾਸ ਭੇਜਿਆ। ਗਹਿਰਾ ਤੁਬਾਜ ਸਮਾਜ ਤੋਂ ਖਾਰ ਭਰੇ ਸਕਟੇ ਵਸਤੂ ਨੂੰ ਜੇ ਰਾਸਾ, ਫਿਰ ਇਸ ਤਰ੍ਹਾਂ ਗਏ ਹਾਥੀ ਰਥ ਬਾਜ ਘੋੜੇ ਸਮਾਜ ਤੁਖਾਰ ਊਠ ਗੱਡੇ ਭਰੇ ਹੋਏ ਵਸਤੂਆਂ ਦੇ ਰਾਸ ਮੈਨੇ ਸਮੂਹ ਵਸਤੂਆਂ ਨਾਲ ਭਰੇ ਹੋਏ ਗੱਡੇ ਗੁੱਡੇ ਜਿੰਨੇ ਸੀ, ਹੀਨ ਬਲੰਬੈ ਅੰਬ 'ਤੇ ਪਾਰ ਕਰੇ ਸਭ ਹੀ ਨਜਲਾਇ ਕੇ ਦਾਸਾਂ। ਫਿਰ ਕੀ ਹੋਇਆ ਜਿਹੜਾ ਮਲਾਸ ਸੀ ਬਲੰਬ ਦੇਰੀ ਤੋਂ ਹੀਨ ਰਹਿਤ ਹੋ ਕੇ ਅੰਬ ਪਾਣੀ ਤੋਂ ਪਾਰ ਕਰਕੇ ਸਾਰਿਆਂ ਨੂੰ ਆਪਣੇ ਦਾਸ ਲੈ ਕੇ ਪਾਰ ਨਗਾ ਦਿੱਤਾ। ਦੋਹਰਾ ਕੇਵਟ ਮਿਲਿਆ ਸਵੇ ਦੂਲੋਂ ਹਿਰਨ ਨੇ, ਉਹ ਜਿਹਨੇ ਮਲਾਹ ਸੀ ਨਾ ਉਹ ਗੁਰੂ ਨਾਨਕ ਪਾਤਸ਼ਾਹ ਨੂੰ ਲਾੜੇ ਰੂਪ ਦੇਖਣ ਵਾਸਤੇ ਆਏ ਹਨ। ਦਰ ਬਖਸ਼ ਬਖਸ਼ ਬਸਣ ਬਖਸ਼ੇ ਦੇ ਨੇ ਸ਼੍ਰੀ ਵਿਧੀ ਕੁਲ ਗਏ, ਅਤੇ ਸੱਚੇ ਪਾਤਸ਼ਾਹ ਦਿਆਲੂ ਸੀ ਦਰ ਮਾਇਆ ਵੀ ਬਸਣ ਵਸਤਰ ਵੀ
ਬੇਦੀਆਂ ਦੀ ਕੁੱਲ ਦੇ ਨਿਸ਼ਾਨ ਧਵਜਾ ਰੂਪ ਉਹਨਾਂ ਨੇ ਬਖਸ਼ੇ ਹਨ। ਸੋਈਆ ਕੋਈ ਉਲੰਘਾ ਨਜੋਤ ਸਰਤਾ ਸੁਭਾਨ ਖਡੂਰ ਮੈਂ ਕਿਨ ਮੁਕਾਮਾਂ, ਇਹ ਸਾਰਾ ਰਸਤਾ ਲੰਘ ਕੇ ਨਦੀ ਦਾ ਖਡੂਰ ਸਾਹਿਬ ਪਹਿਲਾ ਮੁਕਾਮ ਕੀਤਾ। ਜਾਮਨ ਮੈਂ ਭਗਵਾਨ ਕਾਲੂ ਨੇ ਵੰਡ ਬਰਾ ਦਿਆ ਉਹ ਬ੍ਰਹਮਾ। ਫਿਰ ਇਸ ਪ੍ਰਕਾਰ ਕਹਿੰਦੇ ਆ, ਮਹਿਤਾ ਜੀ ਨੇ ਔਰਾਦ ਦੇ ਸਮੇਂ ਭਗਵਾਨ ਜਿਹੜਾ ਸੀ ਬਰਾਤ ਵਿੱਚ ਸੁੰਦਰ ਵੰਡ ਵੜਾ ਦਿੱਤਾ। ਭੋਜਨ ਕੇ ਅੱਜ ਕੇ ਸਾਹਿਬ ਪੁਰਾਤਨ ਪੌੜੇ ਪ੍ਰੰਕ ਮੈਂ ਸ੍ਰੀ ਸੁਖ ਧਾਮਾ। ਫਿਰ ਕਹਿੰਦੇ ਹਨ, ਸੁਖਾਂ ਦੇ ਸਹਿਤ ਸੁਖਾਂ ਦੇ ਘਰ ਕੌਣ? ਪਾਤਸ਼ਾਹ ਗਰੀ ਭੋਜਨ ਪਾਣੀ ਛੱਕ ਕੇ ਸਾਰੇ ਭਰਾਤ ਭਰਾਵਾਂ ਦੇ ਸਹਿ ਪੁਰੰਗਾਂ 'ਤੇ ਸੌ ਗਏ। ਸੁੱਖਾਂ ਦੇ ਧਾਮ ਘਰ ਬਰਾਜ ਗਏ। ਭੋਰ ਪਈ ਪੁੱਟ ਗੁਣ ਪਾਠ ਰਟੈ, ਬਹੁ ਬਾਜੇ ਵਜੇ ਜਗ ਪੂਰਨ ਕੰਮ। ਸੁੱਖਾਂ ਦੇ ਘਰ ਕੌਣ? ਸਤਿਗੁਰੂ ਜੀ ਪਲੰਘ ਦੇ ਬਰਾਜ ਗਏ। ਜਦੋਂ ਸਵੇਰਾ ਹੋਇਆ, ਭੋਰ ਪਈ ਸਵੇਰਾ ਹੋ ਗਿਆ, ਗੁਣ ਪਾਠ ਰਹੇ, ਜਿਹੜੇ ਪੱਟ ਲੋਕ ਸੀ ਉਹ ਗੁਣਾਂ ਨੂੰ ਰਟ ਰਿਹਾ, ਰਟਨ ਕਰ ਰਿਹਾ, ਉਚਾਰ ਰਿਹਾ, ਬਹੁ ਬਾਜੇ ਵੱਜਦੇ ਜਗ ਪੂਰਨ ਕੰਮ। ਸਾਰੇ ਕਾਰਜ ਪੂਰਨ ਹੋਏ ਛਪੈ, ਨਿਜ ਨਿਜ ਸਜ ਸਜ ਜਾਨ ਸਭ ਹੈ ਚੜ ਜਿੱਲੀ ਬਰਾਤਾਂ। ਨਿਜ ਨਿਜ ਸਜ ਸਜ ਕੇ ਆਪੋ ਆਪਣੇ ਘੋੜਿਆਂ 'ਤੇ ਚੜ੍ਹ ਕੇ ਬਰਾਤ ਚੱਲ ਪਈ। ਗ੍ਰਾਮ ਨਗਰ ਮਗ ਆਏ ਨਾਰ 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 ਹਵੈ ਹੁਲ ਸਤ, ਗ੍ਰਾਮ ਵੱਡੇ ਨਗਰ ਆ ਗਏ। ਰਸਤੇ 'ਚ ਇਸਤਰੀਆਂ ਦੇਖ ਕੇ ਗੁਰੂ ਮਹਾਰਾਜ ਦਾ ਸਾਰਾ ਜਾਂਝਦਾ ਅਤੇ ਗੁਰੂ ਮਹਾਰਾਜ ਦਾ ਸੁਣ ਕੇ ਬੜੇ ਖੁਸ਼ ਹੋ ਰਹੇ। ਦੇਖਣ ਦੂਲੋਂ ਔਰ ਦਰਸ ਦੁੱਖ ਦਰਦ ਦਲ ਤੂੰ, ਜਦੋਂ ਦੂਲੋਂ ਲਾੜੇ ਰੂਪ ਸਤਿਗੁਰੂ ਦੌੜ ਕੇ ਦਰਸ਼ਨ ਕਰਦੇ ਆ, ਦੁੱਖ ਵੀ ਦਰਦ ਦਰਿੱਦਰ ਦਲਿਆ ਜਾਂਦਾ, ਨਾਸ ਹੋ ਜਾਂਦਾ। ਪਰਸਪਰੇ ਸਰਾਏ ਸੰਗਤ ਅੱਜ ਸਦਨ ਨਾ ਚੱਲ ਤੂੰ, ਪਰਸਪਰਸ ਬਹੁਤ ਸਲੋਤਾ ਕਰਦੇ ਆ ਹਾਂਜੀ, ਤਿਆਗ ਕਰਕੇ ਘਰ ਨਹੀਂ ਜਾਣਾ ਚਾਹੁੰਦੇ। ਮਤਲਬ ਮਨ ਨੂੰ ਇੰਨੀ ਕਿਸ਼ ਖਚ ਕਸ਼ ਜਿਹੜੀ ਹੈ ਪੀ ਜਾਂ ਹਾਂਜੀ ਪਾਈ ਜਾਂਦੀ ਹੈ, ਗੱਲਾਂ ਤਾਂ ਕਰਦੇ ਆ। ਪੁਨ ਉਸ ਪ੍ਰਕਾਰ ਦਵੈ ਨਿਸ ਅਪਰ ਮਗ ਮੈਂ ਕਰੀ ਬਤੀਤ ਚੱਲ, ਉਹਨਾਂ ਕਹਿੰਦੇ ਫਿਰ ਇਸ ਪ੍ਰਕਾਰ ਦੋ ਰਾਤਾਂ ਹੋਰ ਰਸਤੇ ਵਿੱਚ ਚੱਲ ਕੇ ਬਤੀਤ ਕੀਤੀਆਂ। ਤਾਂ ਪਹੁੰਚੇ ਅਤੇ ਪੁਰਕੇ ਨਗਟ ਕਰਨ ਨੂੰ ਜਹਾਂ ਟਕਾਓ ਪਨ, ਅਤੇ ਉਸ ਨਗਰ ਪਹੁੰਚ ਗਏ। ਨੇਟ ਕਰਨਾ ਜਿੱਥੇ ਭਲੀ ਪ੍ਰਕਾਰ ਟਕਾਓ ਕਰਨਾ ਸੀ, ਕਿਉਂਕਿ ਅੱਗੇ ਟਕਾਓ ਕਰਦੇ ਸੀ ਨਾ ਜਾਂਝਦਾ, ਅਤੇ ਉੱਧਰੋਂ ਆ ਜਾਂਦੇ ਸੀ, ਅਤੇ ਉਹ ਆਪਸ ਵਿੱਚ ਮਿਲਦੇ ਸੀ, ਫਿਰ ਆਪਣੀ ਰਸਮ ਕਰਕੇ ਫਿਰ ਤੁਰਦੇ ਤੁਰਾਉਂਦੇ ਸੀ। ਹੁਣ ਉਹ ਸਾਰੀਆਂ ਗੱਲਾਂ ਨੇ ਰੂਪ ਰੇਖਾ ਹੋਰ ਦੀ ਹੋ ਰਹੀ ਧਾਰਨ ਕਰ ਲਈ ਹੈ। ਸੋਲਠਾ ਕੋਸਨ ਪ੍ਰਮਾਣ ਟਕਾਏ ਸੁੰਦਰ ਸਾਹਿਤ ਬਰਾਤ, ਜੋ ਸੁੰਦਰ ਜਿਹੜੀ ਬਰਾਤ ਸਜੀ ਵਜੀ ਸੀ ਇੱਕ ਕੋ ਦੂਰ, ਉਹਨੂੰ ਰੋਕਣ ਵਾਸਤੇ ਕਿਹਾ ਗਿਆ। ਭੈਉ ਸੰਪੂਰਨ 'ਤੇ ਆਏ ਬੋਹਰ ਕਰੇ ਇਤਿਹਾਸ ਕਵ, ਕਹਿੰਦੇ ਇਹ ਜਿਹੜਾ ਇਤਿਹਾਸ ਸੀ ਇੱਥੇ ਸੰਪੂਰਨ ਹੋ ਗਿਆ। ਇਸ ਤੋਂ ਅਗਲਾ ਇਤਿਹਾਸ ਜਿਹੜਾ ਉਹ ਗੁਰੂ ਮਹਾਰਾਜ ਕਿਰਪਾ ਨਾਲ ਕਾਵਤਾ ਵਿੱਚ ਜੋ ਭਾਈ ਬਾਲਾ ਜੀ ਨੇ ਕਿਹਾ ਕਾਵਿ ਰਚਨਾ 'ਚ ਉਹਨੂੰ ਮੈਂ ਬਿਆਨ ਕਰਾਂਗਾ। ਇਹ ਸ੍ਰੀ ਗੁਰੂ ਨਾਨਕ ਪ੍ਰਗੰਥੇ ਪੂਰਵਾ ਦੇ ਬਰਾਤ ਚੰਨ ਪ੍ਰਥਮ ਵਰਨ ਨਾਮ 21 ਸਮੂਹ ਦਿਆ। ਇਹ ਜਿਹੜਾ ਸ੍ਰੀ ਗੁਰੂ ਨਾਨਕ ਪ੍ਰਗਾਸ਼ ਦਾ ਪੂਰਵਰ ਦਾ 21ਵਾਂ ਇਤਿਹਾਸ ਸੀ, ਬਰਾਤ ਕਿਵੇਂ ਚੜ੍ਹੀ ਉਹ ਸਾਰਾ ਸੰਪੂਰਨ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।